ਇਮਾਨ ਵਾਲੇ ਕਦੀ ਸ਼ੈਲਾਂ ਦਾ ਮੁਕਾਬਲਾ ਪਿਆ ਕਰਦੇ ਨੇ, ਕਦੀ ਹੱਥ ਕੜੀਆਂ ਲਗਵਾ ਰਹੇ ਨੇ, ਕਦੀ ਜੇਲਾਂ ਅੰਦਰ ਜਾ ਕੇ ਮਾਰਾਂ ਖਾ ਰਹੇ ਨੇ, ਕਦੀ ਜਨਾਬ ਆਲਾ ਮੁਖਤਲਿਫ ਕਿਸਮ ਦੀਆਂ ਸਜ਼ਾਵਾਂ ਬਰਦਾਸ਼ਤ ਕਰ ਰਹੇ ਨੇ। ਨਾ ਉਦੋਂ ਆਸ਼ਕਾਂ ਦੀ ਹਿੰਮਤ ਟੁੱਟੀ, ਨਾ ਅੱਜ ਆਸ਼ਕਾਂ ਦੀ ਹਿੰਮਤ ਟੁੱਟੀ। ਮੁਨਾਫਿਕ ਉਦੋਂ ਵੀ ਹਾਰ ਗਏ, ਮੁਨਾਫਿਕ ਅੱਜ ਵੀ ਹਾਰ ਗਏ, ਮੁਨਾਫਿਕ ਉਦੋਂ ਵੀ ਨੱਸ ਗਏ, ਮੁਨਾਫਿਕ ਅੱਜ ਵੀ ਨੱਸ ਗਏ, ਆਸ਼ਿਕ ਉਦੋਂ ਵੀ ਡਟ ਗਏ, ਆਸ਼ਿਕ ਅੱਜ ਵੀ ਡਟ ਗਏ। ਤੇ ਕੋਈ ਗੱਲ ਕਰਦੇ ਹੋਏ ਪਏ ਗਏ ਨੇ ਲੁਤਫੇ ਸਜੇ ਕਾਰੇ ਸਜਣ ਕਾ। ਇਹ ਆਸ਼ਕਾਂ ਨੇ ਕਦੀ ਵੀ ਹਾਲਾਤ ਦੇ ਸਾਹਮਣੇ ਘੁੱਟਣੇ ਨਹੀਂ ਟੇਕੇ, ਤਲਵਾਰਾਂ ਚੱਲਦੀਆਂ ਰਹੀਆਂ, ਆਸ਼ਕ ਫੇਰ ਵੀ ਮਜ਼ਬੂਤ ਰਹੇ, ਜਨਾਬ ਸ਼ੈਲ ਚੱਲਦੇ ਰਹੇ, ਆਸ਼ਿਕ ਫੇਰ ਵੀ ਮਜ਼ਬੂਤ ਰਹੇ, ਸਿੱਧੀਆਂ ਗੋਲੀਆਂ ਚੱਲਦੀਆਂ ਰਹੀਆਂ, ਆਸ਼ਿਕ ਫੇਰ ਵੀ ਮਜ਼ਬੂਤ। ਕਰੀਮ ਦੇ ਅੰਦਰ ਤਿੰਨ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਹੈ ਬੁਨਿਆਦੀ ਤੌਰ ਤੇ, ਔਰ ਪੂਰੀ ਦੁਨੀਆਂ ਤੇ ਹਨ ਵੀ ਤਿੰਨ ਤਰ੍ਹਾਂ ਦੇ ਲੋਕ, ਯਾ ਪੱਕੇ ਈਮਾਨ ਵਾਲੇ, ਯਾ ਪੱਕੇ ਕਾਫਰ, ਯਾ ਮੁਨਾਫਿਕ। ਇਹ ਤਿੰਨ ਤਰ੍ਹਾਂ ਦੇ ਲੋਕ, ਈਸਾਈ ਵੀ ਕਾਫਰ ਨੇ, ਯਹੂਦੀ ਵੀ ਕਾਫਰ ਨੇ, ਸਿੱਖ ਵੀ ਕਾਫਰ ਨੇ, ਹਿੰਦੂ ਵੀ ਕਾਫਰ ਨੇ, ਦਹਿਰੀਆ ਵੀ ਕਾਫਰ ਨੇ, ਦੀਗਰ ਜਿਤਨੇ ਵੀ ਸਾਰੇ ਹਨ ਉਹ ਕੁਫਰ ਚ ਆਉਂਦੇ ਨੇ। ਤਿੰਨ ਤਰ੍ਹਾਂ ਦੇ ਲੋਕ ਨੇ, ਕਾਫਿਰ, ਪੱਕੇ ਈਮਾਨ ਵਾਲੇ ਔਰ ਮੁਨਾਫਿਕ। ਕਾਫਿਰ ਵੀ ਵਾਜ਼ੇ ਨੇ, ਕੋਈ ਅੱਲਾਹ ਦੀ ਜ਼ਾਤ ਨੂੰ ਨਹੀਂ ਮੰਨਦਾ, ਕੋਈ ਖੁਦਾ ਦੀ ਜ਼ਾਤ ਨੂੰ ਮੰਨਦਾ ਲੇਕਿਨ ਉਹਦੇ ਰਸੂਲਾਂ ਦਾ ਇਨਕਾਰ ਕਰਦਾ, ਉਹ ਵੀ ਕਾਫਿਰ। ਮੋਮਿਨ ਉਹ ਹੈ ਜੋ ਖੁਦਾ ਦੀ ਜ਼ਾਤ ਨੂੰ ਵਾਹਦਹੁ ਲਾ ਸ਼ਰੀਕ ਮੰਨਦਾ, ਆਸਮਾਨੀ ਕਿਤਾਬਾਂ ਨੂੰ ਵੀ ਮੰਨਦਾ, ਫਰਿਸ਼ਤਿਆਂ ਤੇ ਵੀ ਈਮਾਨ ਰੱਖਦਾ, ਜੰਨਤ ਔਰ ਦੋਜ਼ਖ ਤੇ ਵੀ ਈਮਾਨ ਰੱਖਦਾ, ਮਰਨ ਤੋਂ ਬਾਅਦ ਉੱਠਣ ਤੇ ਵੀ ਈਮਾਨ ਰੱਖਦਾ। ਆਦਮ ਅਲੈਹਿ ਸਲਾਤੁ ਵਸਲਾਮ ਤੋਂ ਲੈ ਕੇ ਹਜ਼ੂਰ ਖਤਮੀ ਮਰਤਬਤ ਇਮਾਮੁਲ ਅੰਬੀਆ ਤੱਕ ਸਾਰੇ ਨਬੀਆਂ ਤੇ ਵੀ ਈਮਾਨ ਰੱਖਦਾ, ਉਹ ਈਮਾਨ ਵਾਲਾ। ਮੁਨਾਫਿਕ ਕੌਣ ਹੈ? ਮੁਨਾਫਿਕ ਉਹ ਹੁੰਦਾ ਜਿਹੜਾ ਸਾਰੇ ਪਾਸੇ ਰੱਖਣ ਦੀ ਕੋਸ਼ਿਸ਼ ਕਰਦਾ, ਬਜ਼ਾਹਿਰ ਈਮਾਨ ਵਾਲਾ ਬਣਿਆ, ਈਮਾਨ ਵਾਲਿਆਂ ਦੇ ਨਾਲ ਰਲ ਗਿਆ, ਕਹਿਣ ਲੱਗਾ ਜੀ ਮੈਂ ਤੁਹਾਡੇ ਨਾਲ ਹਾਂ, ਮੈਂ ਅੱਲਾਹ ਨੂੰ ਵੀ ਮੰਨਣਾ ਵਾਂ, ਅੱਲਾਹ ਦੇ ਰਸੂਲ ਨੂੰ ਵੀ ਮੰਨਣਾ ਵਾਂ, ਬਜ਼ਾਹਿਰ ਇਸਲਾਮ ਵਾਲਾ। ਲੇਕਿਨ ਪਸੇ ਪਰਦਾ ਕੁਫਾਰ ਦੇ ਨਾਲ ਉਹਨਾਂ ਦੀ ਬੈਠਕ ਕੇ ਉਹਨਾਂ ਦੇ ਇਰਾਦਿਆਂ ਦੇ ਅੰਦਰ ਸ਼ਾਮਿਲ ਹੈ, ਉਹਨਾਂ ਦੇ ਨਜ਼ਰੀਆਤ ਨੂੰ ਮੰਨਦਾ ਔਰ ਉਹਨਾਂ ਦੀ ਟੀਮ ਦਾ ਹਿੱਸਾ ਹੈ। ਮਤਲਬ ਉਹਦੀ ਖਾਹਿਸ਼ ਇਹ ਵੇ ਕਿ ਮੁਸਲਮਾਨ ਵੀ ਰਾਜ਼ੀ ਰਹਿਣ ਤੇ ਕਾਫਰ ਵੀ ਰਾਜ਼ੀ ਰਹਿਣ, ਮੈਂ ਹਰ ਪਾਸਿਓਂ ਆਪਣਾ ਮਤਲਬ ਲੈਂਦਾ ਰਹਾਂ। ਉਹਨੂੰ ਮੁਨਾਫਿਕ ਕਹਿੰਦੇ ਨੇ, ਜਿਹਨੂੰ ਪੰਜਾਬੀ ਚ ਕਹਿ ਲਵੋ ਜਿਹੜਾ ਹਰ ਘੜੇ ਦਾ ਟੱਕਣ ਹੋਵੇ ਉਹਨੂੰ ਮੁਨਾਫਿਕ ਕਹਿੰਦੇ। ਮੁਨਾਫਿਕ ਉਹ ਵਾਸ਼ਰੂਮ ਦੀ ਜੁੱਤੀ ਹੈ ਜਿਹੜੀ ਹਰ ਪੈਰ ਚ ਫਿੱਟ ਆ ਜਾਂਦੀ ਹੈ। ਮੁਨਾਫਿਕ ਨੂੰ ਅੱਲਾਹ ਦੀ ਜ਼ਾਤ ਨੇ ਕਾਫਿਰ ਨਾਲੋਂ ਵੀ ਡਾਢਾ ਅਜ਼ਾਬ ਦੇਣਾ ਹੈ। ਕਾਫਰਾਂ ਦਾ ਅਜ਼ਾਬ ਵੀ ਬੜਾ ਡਾਢਾ ਹੋਵੇਗਾ, ਸਖ਼ਤ ਹੋਵੇਗਾ, ਲੇਕਿਨ ਮੁਨਾਫਿਕ ਦਾ ਅਜ਼ਾਬ ਕਾਫਿਰ ਨਾਲੋਂ ਵੀ ਜ਼ਿਆਦਾ ਸਖ਼ਤ ਹੋਵੇਗਾ, ਕਿਉਂਕਿ ਦੋ ਨੰਬਰੀ ਕਰਦਾ ਰਿਹਾ। ਉਹ ਇਸ ਗੱਲ ਤੇ ਸੀ ਕਿ ਮੈਂ ਹਰ ਪਾਸਾ ਰੱਖ ਲਵਾਂ, ਲੇਕਿਨ ਅੱਲਾਹ ਪਾਕ ਇਨਲ ਮੁਨਾਫਿਕੀਨ ਫਿ ਦਰਕਿਲ ਅਸਫਲੀ ਮਿਨ ਨਾਰ। ਖਾਲਿਕ ਨੇ ਫਰਮਾਇਆ ਕਿ ਮੁਨਾਫਿਕ ਜਹੰਨਮ ਦੇ ਸਭ ਤੋਂ ਨਿਚਲੇ ਹਿੱਸੇ ਦੇ ਅੰਦਰ ਹੋਵੇ। ਅੱਲਾਹ ਦੀ ਜ਼ਾਤ ਨੇ ਕੁਰਾਨ ਕਰੀਮ ਦੇ ਅੰਦਰ ਸੂਰਾ ਬਾਕਰਾ ਹੈ ਨਾ ਜੀ, ਕੁਰਾਨ ਕਰੀਮ ਦੀ ਸਭ ਤੋਂ ਬੜੀ ਸੂਰਤ ਸੂਰਾ ਬਾਕਰਾ। ਪਹਿਲੀਆਂ ਪੰਜ ਆਇਤਾਂ ਅੱਲਾਹ ਨੇ ਪੱਕੇ ਈਮਾਨ ਵਾਲਿਆਂ ਦੇ ਬਾਰੇ ਨਾਜ਼ਿਲ ਫਰਮਾਈਆਂ, ਅਲਿਫ ਲਾਮ ਮੀਮ ਤੋਂ ਲੈ ਕੇ
اولئک علی ھدی من ربہم و اولئک ھم المفلحون تک یہ پنج آیتاں پکے ایمان والے دے حق دے اندر نازل ہوئی۔ ان پنجاں تو بعد دو آیتاں پکے کافراں دے بارے نازل ہوئیاں اور اس تو بعد مسلسل 13 آیتاں منافقین دے بارے نازل ہوئیاں۔ زیادہ آیات منافقین دے بارے آئیں۔ و اذا لقوا الذین آمنوا قالوا آمنا، اے منافق جدو ایمان والیاں نو ملدے سن کہندے سن جی اسی ایمان والے ہیں۔ وَإِذَا خَلَوْا إِلَى شَيَاطِينِهِمْ قَالُوا إِنَّا مَعَكُمْ، جدوں شیاطین وال جانا یعنی کافراں وال جانا تے انہاں جدوں پوچھنا تے کہنا جی اسی تے تواڈے نال ہاں، إِنَّا مَعَكُمْ، تے انہاں جدوں کہنا لے ایمان والے کول پھر کی لین جاندے ہو تے اگو کہندے سن إِنَّمَا نَحْنُ مُسْتَهْزِئُونَ، ایویں شغل لانے اور گل کوئی ناراض نہ ہوو، اسی ادھر جانے تے تواڈے واسطے جانے ہاں، وچوں گلاں لیاواں گے تہانوں دساں گے، ایویں تسی کہن تو پریشان ہوندے ہو، اینے نال کافراں بھی راضی ہو جانا، چلو ساڈی مخ جنگاں تے بھی سرکار نال جاندے نے، ہتھیار بھی اٹھاندے نے، لیکن قدر انہاں دی آنے دی نہیں پئی، کیوں؟ کیونکہ دلوں سرکار نال جڑے ہی نہیں۔ قدر او دی ہے جڑا دلوں سرکار نال جڑ گیا ہے، عزت او دی ہے جڑا دلوں سرکار نال جڑ گیا ہے۔ منافق بندہ بہانے تراش ہوندا ہے۔ میں مرکزی طور تے اج تہانوں جڑا موضوع عرض کرنا چاہنا ہاں، میرا مرکزی عنوان یہ ہے ایمان والے اور منافقین دے جذبات دے اندر باہمی طور تے فرق کیے۔ مومن اور منافق دے جذبات دے اندر فرق کتنا ہے؟ مومن دے جذبات دی کیفیت کی ہے اور منافق دے جذبات دی کیفیت کی ہے؟ ذرا اس بات دا جائزہ لینا ہے، میرا موضوع ہی اج دا جمعۃ المبارک دا اے ہے۔ میں قرآن کریم نو جتنا پڑھیا، تفاسیر جتنیاں پڑھیاں، احادیث دا جتنا بھی ہو سکیا میں مطالعہ کیتا، جو نتیجہ میں اخذ کیتا ہے نا وہ یہ ہے کہ منافق بندہ کدی دلیر نہیں ہو سکتا۔ منافق جدوں بھی چلے گا، چاہے ایمان والے نال چلے تے چاہے کسے کافر نال چلے، او کسے غرض تو بغیر نہیں چل سکتا، او چلے گا تے اپنا مفاد لے کے چلے گا، مخلص نہیں ہو سکتا۔ منافق بندہ بہانے تراش ہوندا ہے۔ منافق جڑا بندہ ہوندا ہے نا، اسلام دے نام تے کھان دی تڑپ رکھدا ہے کہ مینوں کھان نو ملدا رہے، لیکن اسلام واسطے جدوں کوئی جذبات کا اظہار کرن دی واری آوے پھر او دی کوشش ہوندی کہ میں کوئی بہانہ تراشاں اور میں نکل جاواں، سائڈ تے ہو جاواں، میں بچ جاواں۔ او آپ بھی نسدا ہے تے پھر لوگاں دی بھی او دے بارے کوشش ہوندی کہ جننے کو جی میں اپنے نال رلا لواں تے اونے ہی تھوڑے نے، پھر کوشش کردا مسلماناں دی جماعت دے اندر تراڑ پیدا کرن دی کہ ایک کسی طریقے جماعت کمزور ہو جائے۔ یہ منافق دی حالت ہوندی۔ جدوں منافق اپنے نفاق تے اتر آندا نا، پھر او عزت تو بھی ہاتھ دھو بیٹھدا ہے، لیکن ایدے برعکس ایمان والے دی کیفیت اور ادھے جذبات ہو رہے ہیں۔ یہ منافقین کوئی سرکار دے زمانے دے اندر ہی نہیں سن، یہ منافقین دا سلسلہ آج بھی اوہی ہے۔ اسلام دی خاطر منافق ہمیشہ ہل و حجت تو کم لیندہ رہا، لیکن پکا ایمان والا اسلام دی بات جتھے آ جاندی رہی ہے اوتھے ڈٹ جاتا رہا ہے۔ اگر اپنے موضوع دی وضاحت واسطے اور بات نو مزید سمجھان واسطے مرکزی خاکہ میں آپ کے سامنے عرض کر دیتا ہے، منافق دے جذبات کی نے اور ایک مومن دے جذبات کی نے۔ مومن کدے بھی اسلام دی خاطر بغاوت نہیں کردا، مومن کدے بھی بزدل نہیں ہوندا، مومن کدے بھی ڈرپوک نہیں ہوندا،
ਉਹ ਕੱਲਾ ਹੋਵੇ ਸਾਹਮਣੇ ਉਹਦੇ ਹਜ਼ਾਰਾਂ ਦਾ ਲਸ਼ਕਰ ਆ ਜਾਵੇ ਪਰ ਹੋਵੇ ਹੱਕ ਤੇ ਮੋਮਿਨ ਨੇ ਜਦੋਂ ਵੀ ਭਰੋਸਾ ਕੀਤਾ ਉਹਨੇ ਆਪਣੇ ਮੌਲਾ ਦੇ ਫਜ਼ਲ ਤੇ ਭਰੋਸਾ ਕੀਤਾ ਮੋਮਿਨ ਕਦੀ ਵੀ ਕਿਸੇ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਇਆ ਉਹਨੂੰ ਆਪਣਾ ਤਨ ਮਨ ਧਨ ਦੌਲਤ ਹਰ ਚੀਜ਼ ਵੀ ਅਗਰ ਕੁਰਬਾਨ ਕਰਨੀ ਪੈ ਗਈ ਹੈ ਤੇ ਉਹਨੇ ਦਰੇਗ ਨਹੀਂ ਕੀਤਾ ਉਹਨੇ ਫਿਕਰ ਨਹੀਂ ਕੀਤੀ ਉਹਨੇ ਆਖਿਆ ਜਿਹਦੇ ਨਾਂ ਤੇ ਸਾਰਾ ਕੁਝ ਮਿਲਿਆ ਉਹਦੇ ਨਾਂ ਤੇ ਕੁਰਬਾਨ ਹੋ ਜਾਵੇ ਤੇ ਇਸ ਤੋਂ ਵੱਡੀ ਇਜ਼ਾਜ਼ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਇਹ ਮੋਮਿਨ ਦੇ ਜਜ਼ਬਾਤ ਨੇ ਅਗਰ ਮੈਂ ਆਸਾਨੀ ਵਾਸਤੇ ਅੱਲਾਹ ਦਾ ਕੁਰਾਨ ਪੜ੍ਹਨਾ ਚਾਹਾਂ ਮੈਂ ਸੂਰਾ ਅਹਜ਼ਾਬ ਪੜ੍ਹਨਾ ਚਾਹਾਂਗਾ ਗਜ਼ਵਾ ਅਹਜ਼ਾਬ ਇਸਲਾਮੀ ਤਾਰੀਖ ਦੇ ਅੰਦਰ ਬੜਾ ਮਾਨਾ ਰੱਖਦਾ ਹੈ ਜਿਸ ਨੂੰ ਗਜ਼ਵਾ ਖੰਦਕ ਵੀ ਕਿਹਾ ਜਾਂਦਾ ਹੈ ਇਹੋ ਗਜ਼ਵਾ ਹੈ ਕਿ ਜਿਸ ਗਜ਼ਵੇ ਦੇ ਅੰਦਰ 10,000 ਕਾਫਿਰ ਪੂਰੀ ਪਾਵਰ ਦੇ ਨਾਲ ਮੁਸਲਮਾਨਾਂ ਤੇ ਚੜ੍ਹਾਈ ਕਰ ਗਏ ਪਰ ਮੁਸਲਮਾਨਾਂ ਦੀ ਤਾਦਾਦ 3,000 ਦੇ ਕਰੀਬ ਹੈ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਪਤਾ ਲੱਗਾ ਨਾ ਜਦੋਂ ਕਿ ਕੁਫਾਰ ਸਾਡੇ ਵਾਸਤੇ ਤਿਆਰੀ ਕਰ ਰਹੇ ਨੇ ਔਰ ਪੂਰੀ ਤਾਕਤ ਨਾਲ ਸਾਡੇ ਤੇ ਹਮਲਾ ਆਵਰ ਹੋ ਰਹੇ ਨੇ ਅਸਲ ਤੇ ਹੋਇਆ ਹੈ ਕਿ ਮਦੀਨਾ ਪਾਕ ਦੇ ਅੰਦਰ ਯਹੂਦੀਆਂ ਦੀਆਂ ਦੋ ਬਸਤੀਆਂ ਸਨ ਬਨੋ ਕੁਰੈਜ਼ਾ ਔਰ ਬਨੋ ਨਜ਼ੀਰ ਬਨੋ ਨਜ਼ੀਰ ਦੇ ਸਰਦਾਰਾਂ ਨੂੰ ਮੇਰੇ ਆਕਾ ਨੇ ਫਰਮਾਇਆ ਨਿਕਲ ਜਾਓ ਇੱਥੋਂ ਬਗਾਵਤ ਕੀਤੀ ਜਦੋਂ ਯਹੂਦੀ ਬਨੋ ਨਜ਼ੀਰ ਵਾਲੇ ਮਦੀਨਾ ਪਾਕ ਤੋਂ ਨਿਕਲੇ ਤੇ ਉਹਨਾਂ ਜਾ ਕੇ ਮੱਕੇ ਦੇ ਕਾਫਰਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਕੋਲ ਮੁਸਲਮਾਨ ਸਾਂਭੇ ਹੀ ਨਹੀਂ ਜਾਂਦੇ ਉਹ ਜਿਹਨੂੰ ਚਾਹੁੰਦੇ ਨੇ ਦਬਕਾ ਮਾਰ ਦਿੰਦੇ ਨੇ ਜਿਹਨੂੰ ਚਾਹੁੰਦੇ ਨੇ ਕੱਢ ਦਿੰਦੇ ਨੇ ਉਹਨਾਂ ਨੂੰ ਅੱਖ ਵੇਖਣ ਵਾਲਾ ਕੋਈ ਨਹੀਂ ਉਹ ਮਜ਼ਬੂਤ ਹੁੰਦੇ ਜਾਂਦੇ ਨੇ ਤੁਹਾਡੀਆਂ ਪਾਵਰਾਂ ਕਦੋਂ ਕੰਮ ਆਉਣੀਆਂ ਨੇ ਇਹ ਤੁਹਾਡੀਆਂ ਤਾਕਤਾਂ ਕਦੋਂ ਕੰਮ ਆਉਣੀਆਂ ਨੇ ਇਹ ਤੁਹਾਡੇ ਵਜੂਦ ਇਹ ਜੁੱਸੇ ਇਹ ਕਦੋਂ ਕੰਮ ਆਉਣਗੇ ਜੇ ਮੁਸਲਮਾਨ ਹੀ ਕਾਬੂ ਨਾ ਆਏ ਉਹਨਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਵੀ ਤੁਹਾਡੇ ਨਾਲ ਆ ਮੁਸਲਮਾਨਾਂ ਨੂੰ ਲਤਾੜੋ ਫੜ ਕੇ ਸੱਜੇ ਖੱਬੇ ਦੇ ਕਬੀਲਿਆਂ ਨੂੰ ਵੀ ਤਿਆਰ ਕਰ ਲਿਆ ਇਹਨਾਂ ਯਹੂਦੀਆਂ ਨੇ ਇਹ ਯਹੂਦੀ ਸ਼ੁਰੂ ਤੋਂ ਹੀ ਮੁਸਲਮਾਨਾਂ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਆ ਰਹੇ ਨੇ ਅੱਜ ਤੱਕ ਸਕੇ ਨਹੀਂ ਹੈਗੇ ਮੁਸਲਮਾਨਾਂ ਦੇ ਔਰ ਹੋ ਵੀ ਨਹੀਂ ਸਕਦੇ ਔਰ ਕੁਰਾਨ ਨੇ ਤੇ ਵਾਜ਼ੇ ਫਾਜ਼ੇ ਫਰਮਾ ਦਿੱਤਾ ਹੈ ਯਾ ਅਯੂਹਲ ਲਦੀਨਾ ਆਮਨੂ ਲਾ ਤਤਖਿਜ਼ੁਲ ਯਹੂਦਾ ਵਨ ਨਸਾਰਾ ਔਲੀਆ ਐ ਇਮਾਨ ਵਾਲਿਓ ਯਹੂਦੀਆਂ ਤੇ ਈਸਾਈਆਂ ਨੂੰ ਕਦੀ ਵੀ ਆਪਣਾ ਦੋਸਤ ਨਾ ਬਣਾਇਆ ਜੇ ਇਹ ਕਿਸੇ ਦੇ ਸੱਜਣ ਨਹੀਂ ਜੇਗੇ 10,000 ਕੁਫਾਰ ਦਾ ਲਸ਼ਕਰ ਤਿਆਰ ਹੋ ਗਿਆ ਹੈ ਅਸਲਾ ਫੁੱਲ ਤਾਕਤ ਫੁੱਲ ਇਧਰ ਸਰਕਾਰ ਨੂੰ ਅਜੇ ਖਬਰ ਹੀ ਕੋਈ ਨਹੀਂ ਕਰੀਮ ਆਕਾ ਨੂੰ ਲੇਟ ਖਬਰ ਮਿਲੀ ਮੇਰੇ ਆਕਾ ਨੇ ਫੌਰਨ ਸਹਾਬਾ ਨੂੰ ਜਮ੍ਹਾਂ ਕੀਤਾ ਫਰਮਾਇਆ ਉਹ ਆ ਰਹੇ ਨੇ ਦੱਸੋ ਕਰਨਾ ਕੀ ਸਲਮਾਨ ਫਾਰਸੀ ਰਜ਼ੀ ਅੱਲਾਹੁ ਤਾਲਾ ਅਨਹੁ ਕੋਲ ਮਸ਼ਵਰਾ ਲਿਆ ਮੇਰੇ ਆਕਾ ਨੇ ਸਰਕਾਰ ਨੇ ਸਰਕਾਰ ਦੀ ਬਾਰਗਾਹ ਦੇ ਅੰਦਰ ਸਲਮਾਨ ਫਾਰਸੀ ਨੇ ਅਰਜ਼ ਕੀਤੀ ਸੋਹਣਾ ਇਸ ਤਰ੍ਹਾਂ ਕਰੀਏ ਮਦੀਨੇ ਦੇ ਗਿਰਦ ਆਪਾਂ ਨਾ ਖੰਦਕ ਖੋਦ ਦਈਏ ਖੰਦਕ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਆਪ ਖੰਦਕ ਖੋਦਣ ਦੇ ਅੰਦਰ ਖੁਦ ਸ਼ਰੀਕ ਹੋ ਗਏ ਤਵੱਜੋ ਇਹ ਬਾਤ ਬੜੀ ਲੰਬੀ ਹੈ ਲੇਕਿਨ ਮੈਂ ਮਰਕਜ਼ੀ ਬਾਤ ਕਰਨਾ ਚਾਹਣਾ ਵਾਂ ਖੰਦਕ ਦੀ ਤਿਆਰੀ ਵੀ ਹੋ ਗਈ ਹੈ ਸਾਰਾ ਕੁਝ ਹੋ ਗਿਆ 10,000 ਦਾ ਲਸ਼ਕਰ ਹੈ ਇਧਰ 3,000 ਹੈ ਸਰਦੀ ਵੀ ਸਖਤ ਹੈ ਬੜੀ ਸ਼ਦੀਦ ਕਿਸਮ ਦੀ ਸਰਦੀ ਪੈ ਰਹੀ ਹੈ ਹੁਣ ਹੱਕ ਤੇ ਬਣਦਾ ਸੀ ਨਾ 3,000 ਦੇ ਅੰਦਰ ਕੌਣ ਨੇ ਈਮਾਨ ਵਾਲੇ ਵੀ ਨੇ ਮੁਨਾਫਿਕੀਨ ਵੀ ਨੇ ਜਦੋਂ ਮੁਨਾਫਿਕੀਨ ਨੇ ਐਡਾ ਵੱਡਾ ਲਸ਼ਕਰ ਵੇਖਿਆ ਤੇ ਉਹਨਾਂ ਦੀਆਂ ਲੱਤਾਂ ਜਵਾਬ ਦੇ ਗਈਆਂ ਹਾਲਾਤ ਇਹ ਨੇ ਅੱਲਾ ਦੀ ਜ਼ਾਤ ਨੇ 10,000 ਲਸ਼ਕਰ ਦੇ ਨਾਲ ਕਿਵੇਂ ਅਜ਼ਮਾਇਸ਼ ਕੀਤੀ ਏ ਇਹ ਛੋਟੀ ਬਾਤ ਨਹੀਂ ਸੀ ਬਲਕਿ ਇਹਦੀ ਸ਼ਿੱਦਤ ਨੂੰ ਅੱਲਾ ਦਾ ਕੁਰਾਨ ਬਿਆਨ ਕਰ ਰਿਹਾ ਜੇ ਇਜਾਜ਼ਤ ਹੋਵੇ ਤੇ ਪੜ੍ਹਾਂ ਅੱਲਾ ਦਾ ਕੁਰਾਨ ਹਾਂ ਹਾਂ ਬਿਸਮਿਲ੍ਲਾਹਿ ਰਹਿਮਾਨਿ ਰਹੀਮ هنالك ابتلي المؤمنون وزلزلوا زلزالا شديدا
اللہ نے فرمایا میں ایمان والوں دی سخت ترین ازمائش کیتی زلزلو زلزالا شدیدا ہنالک ابتلی المؤمنون فرمایا کہ ایمان والوں دی ازمائش کیتی بڑی سخت ترین ازمائش کیتی اچھا ہن جدو آئی نا ازمائش لڑن دا ویلا آیا منافق کی کہن لگے اذ یقول المنافقون والذین فی قلوبهم مرض ما وعدنا اللہ ورسوله الا غرورا قرآن دس ہزار دا لشکر آیا ادھر تین ہزار نے منافقین دی ہن جرت ویکھو کی حالت انہاں دی ہوگی اذ یقول المنافقون منافق کہن لگ پئے والذین فی قلوبہم مرض او جنہاں دے دلاں چ مرض ہے کوڑے کہن پتہ کی لگے ما وعدنا اللہ ورسولہ الا غرورا اللہ نے تے اللہ دے رسول نے سانو دھوکھا دے دتا منافق کہن لگے اللہ اور اللہ دے رسول نے سانو ما وعدنا اللہ ورسولہ الا غرورا دھوکھا دیتا اللہ اور اللہ دے رسول نے لشکر ویکھ کے تے یاری نہ پئی ہمت جواب دے گی لے ہن اسی انہاں نال لڑاں گے اے تے ساڈے وس وچ نہیں ایڈا وڈا لشکر آ گیا ہے میں عرض کیتی منافق تے جذبات نے منافق مستل ہوندا ہے منافق کدی بھی اسلام دی خاطر جرات دا مظاہرہ نہیں کر سکدا ہمیشہ او ہمت ہار جاندا ہے اور ہمت جدوں بندہ ہاردا ہے تے جملے ویکھو کیسے بولے قران انہاں دے جذبات دی کمزوری نو بیان کر رہا ہے ہنالک ابتلی المؤمنون وزلزلوا زلزالا شدیدا اذ یقول المنافقون والذین فی قلوبهم مرض ما وعدنا اللہ ورسوله الا غرورا کہہ لگے اللہ اور اللہ دے رسول نے دھوکھا دیتا ہے انہاں دی ہمت جواب دے گئی ایسی ایمان والے دی ایسی منافقاں دے جذبات دی کیفیت دوسرے پاسے اللہ نے ایمان والے دی کیفیت دا اظہار بھی فرمایا ہے ایمان والے دی کیفیت اور ہے منافقاں دی کیفیت اور ہے منافق بولے کہنے لگے اللہ نے معاذ اللہ دھوکھا دیتا ہے اللہ دے رسول نے دھوکھا دیتا ہے تے رہ گئی گل ایمان والے دی قرآن بولے ولما را المؤمنون الاحزاب قالوا هذا ما وعدنا الله ورسوله وصدق الله ورسوله وما زادهم إلا إيمانا جد کفار سامنے آئے نے دس ہزار دا لشکر سامنے آیا ہے منافقین دی ہمت جواب دے گئی کہ اٹھے ماز اللہ اللہ اور اللہ دے رسول نے دھوکھا دیتا ہے ساڈے اندر انہیں ہمت نہیں کی اسی انہاں دے نال لڑ سکیے اسی انہاں دا مقابلہ کر لیے اسی انہیں جو گنی نال ہیلے بہانے کرن لگوے وَإِذْ قَالَتْ طَائِفَةٌ مِّنْهُمْ يَا أَهْلَ يَثْرِبَ لَا مُقَامَ لَكُمْ فَارْجِعُوا وَيَسْتَأْذِنُ مِنْهُمْ النَّبِيُّ يَقُولُونَ إِنَّ بُيُوتَنَا عَوْرَةٌ وَمَا هِيَ بِعَوْرَةٍ إِن يُرِيدُونَ إِلَّا فِرَارًا
ਪੜ ਰਿਹਾ ਵਾ ਮੇਰੇ ਵੱਲ ਤਵੱਜੋ ਕਰਿਆ ਜੇ ਮੈਂ ਬੁਨਿਆਦੀ ਤੌਰ ਤੇ ਮੁਨਾਫਿਕੀਨ ਦੇ ਜਜ਼ਬਾਤ ਔਰ ਈਮਾਨ ਵਾਲਿਆਂ ਦੇ ਜਜ਼ਬਾਤ ਦਾ ਇਜ਼ਹਾਰ ਕਰ ਰਿਹਾ ਵਾ 10,000 ਦਾ ਲਸ਼ਕਰ ਵੇਖਿਆ ਮੁਨਾਫਿਕ ਕਹਿਣ ਲੱਗੇ ਅੱਲਾ ਔਰ ਅੱਲਾ ਦੇ ਰਸੂਲ ਨੇ ਧੋਖਾ ਕੀਤਾ ਏ ਰੱਬ ਫਰਮਾਉਂਦਾ ਮੁਨਾਫਕਾਂ ਦੀਆਂ ਦੋ ਟੋਲੀਆਂ ਬਣ ਗਈਆਂ ਅੱਧੇ ਕਹਿਣ ਲੱਗ ਪਏ ਜਨਾਬ ਇੱਥੋਂ ਨਿਕਲ ਜਾਓ ਹੁਣ ਸਾਡਾ ਇੱਥੇ ਰਹਿਣਾ ਬਣ ਰਹੇ ਅਸੀਂ ਕਮਜ਼ੋਰ ਹਾਂ ਅਸੀਂ ਲੜ ਨਹੀਂ ਸਕਦੇ ਮੁਨਾਫਕਾਂ ਦੀ ਦੂਸਰੀ ਟੋਲੀ ਸਰਕਾਰ ਦੇ ਕੋਲ ਆ ਗਈ ਅੱਲਾ ਦੇ ਨਬੀ ਕੋਲ ਆ ਗਈ ਵਯਸਤਾਜ਼ਿਨੁ ਮਿਨਹੁਮੁ ਨਬੀਆ ਮੁਨਾਫਿਕੀਨ ਸਰਕਾਰ ਕੋਲ ਆ ਕੇ ਗੱਲ ਸੋਹਣਿਆ ਇਜਾਜ਼ਤ ਦੇਵੋ ਇਨਾ ਬੁਯੂਤਨਾ ਔਰਾ ਸਾਡੇ ਘਰ ਕੱਲੇ ਨੇ ਸਾਡੀਆਂ ਬੀਬੀਆਂ ਘਰੇ ਅੰਦਰ ਕੱਲੀਆਂ ਨੇ ਸਾਡੇ ਬੱਚੇ ਕੱਲੇ ਨੇ ਸਾਡੇ ਘਰ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ ਸਾਨੂੰ ਇਜਾਜ਼ਤ ਦੇਵੋ ਅਸਾਂ ਘਰ ਜਾਣਾ ਏ ਉਹ ਸਰਕਾਰ ਕੋਲ ਆ ਕੇ ਬਹਾਨੇ ਕਰਦੇ ਨੇ ਕਿ ਅਸਾਂ ਘਰ ਜਾਣਾ ਏ ਸਾਡਾ ਘਰ ਕੱਲਾ ਏ ਅੱਲਾ ਨੇ ਫਰਮਾਇਆ ਵਮਾ ਹੀਆ ਬਿਆਉਰਾ ਸੋਹਣਿਆ ਇਹ ਬਹਾਨੇ ਕਰਦੇ ਨੇ ਇਹਨਾਂ ਦਾ ਘਰ ਕੱਲਾ ਕੋਈ ਨਹੀਂ ਯੂਰੀਦੂਨਾ ਇਲਾ ਫਿਰਾਰਾ ਇਹ ਭੱਜਣ ਦੀਆਂ ਤਦਬੀਰਾਂ ਕਰਦੇ ਨੇ ਇਹ ਨੱਸਣ ਦੀਆਂ ਤਦਬੀਰਾਂ ਕਰਦੇ ਨੇ ਇਹ ਮੁਨਾਫਕਾਂ ਦੇ ਜਜ਼ਬਾਤ ਦੀ ਕੈਫੀਅਤ ਲੜਨ ਦੀ ਹਿੰਮਤ ਕੋ ਨਹੀਂ ਬਹਾਨੇ ਕਰਦੇ ਨੇ ਪਰ ਸਦਕੇ ਜਾਵਾ ਈਮਾਨ ਵਾਲਿਆਂ ਦੇ ਜਜ਼ਬਾਤ ਤੋਂ ਕੁਰਬਾਨ ਜਾਵਾ ਵਲੰਮਾ ਰਅਲ ਮੁਮਿਨੂਨਲ ਅਹਜ਼ਾਬ ਕਾਲੂ ਹਾਲਾ ਮਾ ਵਾਦਨ ਅੱਲਾਹ ਵਰਸੂਲੁਹ ਵਸਦਕ ਅੱਲਾਹ ਵਰਸੂਲੁਹ ਈਮਾਨ ਵਾਲਿਆਂ ਨੇ ਜਦੋਂ ਲਸ਼ਕਰ ਵੇਖਿਆ ਅਰਜ਼ ਕੀਤੀ ਸੋਹਣਿਆ ਤੁਸਾਂ ਸੱਚ ਫਰਮਾਇਆ ਸੀ ਤੁਸਾਂ ਹੱਕ ਫਰਮਾਇਆ ਸੀ ਕਿ ਸਾਡਾ ਕਾਫਰਾਂ ਦੇ ਨਾਲ ਆਮਣਾ ਸਾਹਮਣਾ ਹੋਵੇਗਾ ਅਰਜ਼ ਕੀਤੀ ਲਾਜਪਾਲਾ ਅਸੀਂ ਨੱਸਣ ਵਾਲੇ ਨਹੀਂ ਅਸੀਂ ਜਾਣ ਵਾਲੇ ਨਹੀਂ ਅਸੀਂ ਖਬਰਾਣ ਵਾਲੇ ਨਹੀਂ ਅਸੀਂ ਤੇ ਇਜ਼ਹਾਰ ਇਹੋ ਹੀ ਕਰਨ ਵਾਲੇ ਆ ਯੇ ਦਿਲ ਵੀ ਤੁਮਾਰਾ ਹੈ ਯੇ ਜਾ ਵੀ ਤੁਮਾਰੀ ਹੈ ਵਾਲਿਓ ਇਮਾਨੀ ਜਜ਼ਬਾਤ ਦਾ ਇਜ਼ਹਾਰ ਕਰੀਏ ਔਰ ਸੱਚੇ ਦਿਲ ਨਾਲ ਕਹੀਏ ਯੇ ਦਿਲ ਵੀ ਤੁਮਾਰਾ ਹੈ ਯੇ ਜਾਂ ਵੀ ਤੁਮਾਰੀ ਹੈ ਜਿਹਦੇ ਜਿਹਦੇ ਦਿਲ ਦੀ ਆਵਾਜ਼ ਉਹ ਕਵੇਣਾ ਯੇ ਦਿਲ ਵੀ ਤੁਮਾਰਾ ਹੈ ਪੇਸ਼ ਕਰੂੰ ਆਕਾ ਹਰ ਚੀਜ਼ ਤੁਮਾਰੀ ਹੈ ਉਦੋਂ ਵੀ ਕੁਫਾਰ ਦੇ ਸਾਹਮਣੇ ਸਰਕਾਰ ਦੇ ਦੁਸ਼ਮਣਾਂ ਦੇ ਸਾਹਮਣੇ ਮੁਨਾਫਕਾਂ ਦੀਆਂ ਟੰਗਾਂ ਕੰਬਣ ਲੱਗ ਪਈਆਂ ਲੇਕਿਨ ਈਮਾਨ ਵਾਲੇ ਮਜ਼ਬੂਤ ਸਹਾਰਾ ਬਣ ਕੇ ਖੜੇ ਰਹੇ ਨੇ ਇਹ ਸਿਲਸਿਲਾ ਰੁਕਿਆ ਨਹੀਂ ਅਸਾਂ ਤੇ ਆਪਣੀਆਂ ਅੱਖਾਂ ਨਾਲ ਵੇਖਿਆ ਹੈ
بڑے بڑے اسلام کا دعویٰ کرنے والے، بڑے بڑے محبت کا دعویٰ کرنے والے، جب سرکار دی ختم نبوت دے خداراں دے سامنے کھڑا ہون دا ویلا آیا ہے، بڑے بڑے عاشق کہہ اٹھے اے مولوی انتشار پیا کر دے، اے ملک اندر دنگا فساد پیا کر دے، اپنے بچیاں نوں وی کہن لگ پئے انہاں مولویاں تو بچ جانا، اے مولوی کون نے جڑے سرکار دی ختم نبوت دے پیرے داری پیا کر دے، کدی فیض آباد جا کے ختم نبوت دے پیرے دے رہے، کدی جناب اعلی جامع مسجد رحمت للعالمین دے سامنے ختم نبوت دے پیرے دے رہے، اس ویلے نام نہاد سارے عاشق پر حقیقت منافقین اپنے گھر اندر بیٹھ گئے، لوگوں نو سمجھان لگ پے بچ جاؤ نہیں تے کچھ نہیں جے رہنا، پر اس ویلے بھی سچے ایمان والے کدی شیلاں دا مقابلہ پیا کر دے، کدی ہاتھ کڑیاں لگوا رہے، کدی جیلاں اندر جا کے مارا کھا رہے، کدی جناب اعلی مختلف قسم دیا سزاواں برداشت کر رہے، نہ ادو عاشقاں دی ہمت ٹوٹی نہ اج عاشقاں دی ہمت ٹوٹی، منافق ادو بھی ہار گئے، منافق اج بھی ہار گئے، منافق ادو بھی نس گئے، منافق اج بھی نس گئے، عاشق ادو بھی ڈٹ گئے، عاشق اج بھی ڈٹ گئے، تے کوئی گل کردے ہوئے پائے گئے نے لطف سج کارے سجر کا منافق ادو بھی کمزور سن، عاشق ادو بھی پختہ سن، منافق اج بھی کمزور ہے اور عاشق اج بھی پختہ ہے، وہ عاشقاں دی لکھی ہوئی بات وہ جڑی کسے صاحب دل نے آخیا سی، کاف ککھاں دیاں کلیاں رہن کھڑیاں سونے دار حویلیاں کہندیاں نے یاد سجن دیا رہے ویلے اوکھڑے ساکھڑے لنگ جاندے گلاں یاد سجن دیاں، او منافقاں دا دور وی لنگ گیا لیکن قرآن نے انہاں دی ذلت نو بیان کیتا ہے، چور او وی گئے چور عاشق وی گئے پر سلامی عاشقاں نہیں ہو رہی ہیں، یقولون ان بیوتنا عورا، قرآن اٹھاؤ اٹھاؤ قرآن سورہ احزاب پڑھو، منافق کہنے یقولون ان بیوتنا عورا، سونے ساڈے گھر کلے نے، رب فرماندا وما ہی ابھی عورا، سونے جھوٹ بولدے نے، گھر دا مسئلہ ہی کوئی نہیں اندر دا مسئلہ ہے، ان یریدون الا فرارا، سونے بھجن دیاں تدبیراں کردے نے، انہاں دے اندر ہمت کوئی نہیں،
ਅੱਛਾ ਜੀ, ਕਿਆ ਸਿਲਸਿਲਾ ਉੱਥੇ ਹੀ ਰੁਕ ਗਿਆ? ਇਸ ਦੌਰੇ ਤੁਸੀਂ ਨਹੀਂ ਵੇਖਿਆ ਉਹਦਾ ਮੁਨਾਫਿਕੀ ਤਦਬੀਰਾਂ ਸਾਡੇ ਘਰ ਇਕੱਲੇ ਨੇ, ਤੇ ਹੁਣ ਦੇ ਦੌਰ ਚ ਮੈਂ ਵੇਖਿਆ, ਮੈਂ ਇਹ ਵੇਖਿਆ ਅੱਜ ਦੇ ਦੌਰ ਦੇ ਅੰਦਰ ਉਦੋਂ ਮੁਨਾਫਕਾਂ ਨੂੰ ਆਪਣੇ ਘਰਾਂ ਦੀ ਫਿਕਰ ਪੈ ਗਈ, ਅੱਜ ਦੇ ਦੌਰ ਦੇ ਮੁਨਾਫਕਾਂ ਨੂੰ ਆਪਣੇ ਆਸਥਾਨਿਆਂ ਦੀ ਫਿਕਰ ਪੈ ਗਈ। ਸਾਡਾ ਆਸਥਾਨਾ ਉੱਜੜ ਜਾਏਗਾ ਜੀ, ਨਹੀਂ ਨਹੀਂ ਅਸੀਂ ਜਨਾਬ ਜੇ ਤੇ ਅਸੀਂ ਉਹ, ਨਹੀਂ ਨਹੀਂ ਮੁਰੀਦਾਂ ਨੂੰ ਵੀ ਕਹਿ ਦਿੱਤਾ ਖਬਰਦਾਰ ਕੋਈ ਨਿਕਲਿਆ। ਉਹ ਭਾਈ ਕੋਈ ਨਾਲੀ ਸੋਲੰਗ ਵਾਸੀ ਹੋਵੇ ਤੇ ਫਿਰ ਤੇ ਬੰਦਾ ਡੱਕਦਾ ਚੰਗਾ ਵੀ ਲੱਗਦਾ, ਕੋਈ ਔਰ ਹੋਵੇ ਬਾਤ ਆ ਜਾਵੇ ਖਤਮੇ ਨਬੂਵਤੀ ਤੇ ਫਿਰ ਬੰਦਾ ਡੱਕਦਾ ਫਿਰੇ ਤੇ ਆਪਣੇ ਆਪ ਨੂੰ ਬਚਾਉਂਦਾ ਫਿਰੇ ਉਸ ਦੌਰ ਦੇ ਤੇ ਇਸ ਦੌਰ ਦੇ ਮੁਨਾਫਕਾਂ ਚ ਫਰਕ ਕਾਹਦਾ? ਨਾਰਾਜ਼ ਥੀ ਬੰਦੇ ਹੋ, ਢਿੱਲੇ ਜੇ ਹੋ ਜਾਂਦੇ ਹੋ, ਐਸੇ ਆਪਣੇ ਘਰ ਦੀ ਬੜੀ ਮੌਜ ਹੁੰਦੀ। ਮੰਨਾ ਖੁੱਲ ਡੁੱਲ ਕੇ ਗੱਲ ਕਰ, ਵੈਸੇ ਅਸੀਂ ਜਿੱਥੇ ਵੀ ਚਲੇ ਜਾਈਏ ਆਪਣਾ ਘਰ ਹੀ ਸਮਝਦੇ, ਅਸਾਂ ਕਿਹੜਾ ਕਿਸੇ ਕੋਲ ਲੈ ਕੇ ਖਾਂਦੇ ਹਾਂ, ਸਾਨੂੰ ਅੱਲਾ ਰਸੂਲ ਦਿੰਦੇ ਨੇ। ਲੇਕਿਨ ਗੱਲ ਹੋਵੇ ਜੋ ਹੱਕ ਜੋ ਹੱਕ ਜੋ ਹੱਕ ਮੁਨਾਫਿਕ ਬੁਜ਼ਦਿਲ ਉਹ ਬੁਜ਼ਦਿਲ ਹੁੰਦਾ ਹੈ, ਦਲੇਰ ਦਲੇਰ ਉਹ ਬੋਲੋ ਥੋੜਾ ਉੱਚਾ ਬੋਲੋ ਨਾ, ਮੇਰਾ ਪਸੀਨਾ ਵੇਖੋ ਤੇ ਤੁਸੀਂ ਆਪਣਾ ਵੇਖੋ, ਕਈ ਵਾਂ ਦਾ ਪਸੀਨਾ ਆ ਜਾਂਦਾ ਹੈ, ਬੰਦਾ ਸਾਈਕਲ ਚਲਾਉਂਦਾ ਪਸੀਨਾ ਆ ਜਾਂਦਾ, ਕੰਮ ਕਰਦਿਆਂ ਪਸੀਨਾ ਆ ਜਾਂਦਾ, ਉਹਦਾ ਮੁੱਲ ਕੋਈ ਨਹੀਂ ਜੇ, ਪਰ ਜਿਹੜਾ ਪਸੀਨਾ ਹਜ਼ੂਰ ਦੇ ਜ਼ਿਕਰ ਚ ਆ ਜਾਵੇ ਉਹਦਾ ਮੁੱਲ ਪਵੇਗਾ ਇਨਸ਼ਾ ਅੱਲਾਹ। إلينا ولا يأتون البأس إلا قليلا جدوں اسلام واسطے ہمت اور طاقت وکھان دا ویلا آندا ہے آپ بھی نس جاندا ہے قد یعلم اللہ اللہ فرماندا تحقیق اللہ جاندا ہے معوقین منکم ਜਿਹੜੇ ਡੱਕਦੇ ਨੇ ਤੁਹਾਡੇ ਵਿੱਚੋਂ ਲਈ ਇਖਵਾਨ ਹੀ ਮੈਂ ਆਪਣੇ ਭਰਾਵਾਂ ਨੂੰ ਆਪ ਵੀ ਨਹੀਂ ਜਾਂਦੇ ਤੇ ਦੂਜਿਆਂ ਨੂੰ ਵੀ ਕਹਿੰਦੇ ਨਾ ਜਾਇਆ ਜੇ ਨਾ ਜਾਇਆ ਜੇ ਉਹ ਰਹਿਣ ਦਿਓ ਉੱਥੇ ਐਵੇਂ ਮਾਰੇ ਜਾਓਗੇ ਫੜੇ ਜਾਓਗੇ ਐਵੇਂ ਪਰਚਾ ਹੋ ਜਾਵੇਗਾ ਨਾ ਜਾਇਆ ਜੇ ਕਦ ਯਾਲਮ ਅੱਲਾਹੁ ਅਲ ਮੁਅਵਿਕੀਨ ਮਿਨਕੁਮ ਵਲ ਕਾਇਲੀਨ ਅਲ ਇਖਵਾਨ ਹਿਮ ਹਲੁਮ ਇਲੈਨਾ ਹਲੁਮ ਇਲੈਨਾ ਤਵੱਜੋ ਹਲੁਮ ਇਲੈਨਾ ਮੁਨਾਫਿਕ ਕਹਿੰਦੇ ਨਾ ਜਾਇਆ ਜੇ ਸਾਡੇ ਨਾਲ ਆ ਜਾਓ ਹਲੁਮ ਇਲੈਨਾ ਸਾਡੇ ਵੱਲ ਆ ਜਾਓ ਯਾ ਅੱਲਾ ਫਿਰ ਜਾਂਦਾ ਕੌਣ ਤੇ ਰਹਿੰਦਾ ਕੌਣ ਹੈ ਫਰਮਾਇਆ ਵਲਾ ਯਾਤੂਨ ਅਲ ਬਾਸਾ ਇਲਾ ਕਲੀਲਾ ਫਰਮਾਇਆ ਥੋੜੇ ਨਸੀਬਾਂ ਦੇ ਹਾਰੇ ਉਹਨਾਂ ਦੀ ਗੱਲ ਮੰਨ ਕੇ ਚਲੇ ਜਾਂਦੇ ਨੇ ਪਰ ਜਿਹੜੇ ਦਿਲੋਂ ਜੁੜ ਜਾਂਦੇ ਨੇ ਉਹ ਕਹਿੰਦੇ ਨੇ ਜੀਣਾ ਵੀ ਸਰਕਾਰ ਨਾਲ ਹੈ ਮਰਨਾ ਵੀ ਸਰਕਾਰ ਦੀ ਜ਼ਾਤ ਵਾਸਤੇ ਐ ਵੇਖ ਲਵੋ ਕਿੱਡਾ ਬਹਮ ਫਰਕ ਹੈ ਮੁਨਾਫਿਕ ਦੇ ਜਜ਼ਬਾਤ ਚ ਮੂਮਿਨ ਦੇ ਜਜ਼ਬਾਤ ਆਪ ਵੀ ਨਹੀਂ ਜਾਂਦੇ ਚਲ ਕੜਮਿਓ ਤੁਸੀਂ ਤਾਂ ਰਹਿ ਗਏ ਕਿਸੇ ਨੂੰ ਤਾਂ ਨਾ ਡੱਕੋ
آپ بھی نہیں تو دوجیاں نوں وی ڈک دینا ایک بھرا مومی نے توجہ ایک بھرا کافر منافق غزوہ احزاب ہے او جڑا مومن بھرا ہے نا او کسے کام واسطے نا مدینہ شریف آیا انہیں اپنے بھرا دے اگے ویکھیا پنیا ہویا گوشت روٹی نبیز بڑا آلہ کھانا ہوں دے سامنے پہ آئے تے او کہن لگا او ظالمہ تو ایتھے روٹیاں پہ توڑنا ہے اوتھے سرکار نیزیاں تے تلواراں دے ویچنے یعنی اوتھے مشکل بنی ہے تے تو ایتھے روٹیاں کھانا پہ تینوں شرمی کونی آدھے سکے پر آ رہے او کہن لگا میری گل سن میں تیرا بھرا تے تو ایتھے بہ جا چنگی گل ایتھے بھیا رل کے کھانے پینے آ رہ گئی گل اوتھے جنے کافر آئے پھر دے نے انہاں لتاڑ کے رکھ دینا اونا چھڑنی شہن کونی مومنہ دی او بے جائی تھے جان بچا اپنی آر آل کے کھانے ہیں اونا کہا توبہ توبہ او ظالمہ سرکار ہوتے مشکل بے چھون تیسی روٹی کھان دے پھر یہ یہ تنی نہ ہو سکدا سکے پر آنے ایک مومنے ایک کاف منافق تے جذبات بے چھ فرق بے کھلو وہ کتنا ہے وہ ڈریا کھلوتا جاندہ ہی نہیں پیا تے نال پرا انہوں بھی ٹاکدہ ہے اگو صدقے جامعہ اس عظیم الشان نصیبہ والے پرا تو انہیں کہا تُو رہینا تے رہو پر میں تے نہیں رہ سکدا انہیں کہا سردی بھی بڑی ہوں تے تلوارہ تے نیزیاں دا مقابلہ کر لوں گا انہیں کہا کیا تُو صدا زندہ رہنے انہیں نہیں ایک دن مارتے جانا ہے انہیں کہا مارو تُو بھی جانا مر میں بھی جانا پر تاریخ لکھی جاوے کی تُو جردہ ہویا مر گیا میں قربان ہو کے مر گیا تاریخ لکھی جائے گی تیرا پسلہ میں جنا آوے گا تے میرے آتے نظریہ یہ ہوئے مٹھا مٹھا پانی ہے اونجوی تجانی ہے جد لا دے مدنی دلاوے اے اونجوی منافقین دے جذباتی کیفیات اللہ بیان فرما رہے ہیں کفار دے سامنے لڑن دی ہمت کوئی نہیں لتا جواب دے گئی ہیں ہمت جواب دے گئی ہیں اے اندروں کمزور منافق ہو جائیں گے سرکار دی بار گئے اندرے آکے بہانے کر دینے اور خود بھی نہیں جاندے دوسرے انہوں بھی منع کر دینے دوسرے پاس ایمان والے دے جذباتی قرآن نے گواہی دیتی اللہ دا قرآن بولا من المؤمنین رجال صدقو ما عاہد اللہ علیہ فمنہم من قد نحبہ ومنہم من ینتظر وما بدلو تبدیلا منافقان دیا ہمتہ جواب دے گئی ہیں ادھر جڑے پکے ایمان والے نے
من المؤمنين سنو 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 من المؤمنين رجال صدقوا من المؤمنين رجال من المؤمنين رجال رب فرماندا ہے مومنا وچوں کچھ مردوں نے رجال مردوں نے صدقوا ما عاهد الله ہاں ہاں علیہ ہاں ہاں سنو 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 مومنا وچوں کچھ مردوں نے جنہ اللہ نال اے وعدہ کر لیا سونیا ربا جدوں مقابلہ ہویا تے جانا دے نظرانے پیش کر دیاں گے ما عاهد الله علی فمنهم من اے توجہ فمنهم من قضا نحبہ رب فرماندا جنہ میرے نال ایک گل کر لینا یا اللہ سا جانا دے دینیاں نے انہاں وچوں کئی تے او نے جڑے شہید ہو گئے فمنهم من قضا نحبہ جنہ مراد پا لی ومنهم من ينتظر اور کوئی اجے اڈیکاں وچ نہیں یا اللہ موقع دے اساں وی قربان ہونا ہے منافق تے جذبات نسندیاں تدبیراں تے مومن جے ایک جنگ وچوں بچ گئے نا تے دوجی جنگ دا ویلا آندا یا اللہ مینوں شہادت دا رتبہ دے دے مینا کدی اے جذبات نے منہم من ینتظر وما بدلوا تبدیلا اے بڑی قابل غور بات جے میرے ورگا بندہ ہوے نا ان دا ارادہ ایک ٹائم ہور دوجے ٹائم ہور ہاں ہاں ایک ٹائم بڑے جذبات دا اظہار تے دوجی واری جناب بالکل زیرو تے آیا ہوندا ہے لیکن جڑے ایمان والے پکے عاشق لوگ نے نا اللہ فرماندا ہے ومنہم من ینتظر او ویلے دا انتظار ہی کردے رہندے نے کدو ویلا آوے ساڈی جان وی اسلام تو قربان ہو جائے وما بدلوا تبدیلا جویں جویں ویلا گزرتا ہے تبدیلی نہیں آتی وما بدلوا تبدیلا او بدلدے نہیں دن ہوئے یا رات سال بعد بھی موقع ملے تے جذبات انہاں دے اوہی رہن جو سال پہلے رہن اے جے ایمان والے دے جذبات تے منافق دے جذبات چاٹے چ ہور اور منافق دے جذبات دی کیفیت مزید کی ہوندی بوزدل تے ہوندا ہے تسی سن رہے ہو اور اون دی ایک کیفیت ہی ہوندی ہے پڑھ اللہ دا کلام سبحان اللہ نہیں یار انج سبحان اللہ او تہاڈیاں گلاں نہیں کر رہا تسی تے عاشق لوگ ہو میں منافقین دیاں گلاں پہ کرنا ماں جڑے اندر دے کوڑے نے ہاں ہاں مالک نے فرمایا ولو دخلت علیہم من اطرافها ثم سئلوا الفتنة لآتوها وما تلبثوا بها الا يسيرا منافق ہیڈا کمزور سونے رب نے فرمایا جے کافر پا لینا چار پاسوں گھیرا تے منافق نو او کہن جے بچنا ہی تے ساڈے نال لگ ایمان چھڈ اسلام چھڈ رب فر سما سوئل الفتنہ فتنے دا تقاضا کر اے فتنے دی تفسیر علماء نے کفر نال کیتی کہ کفر دا تقاضا کر چھڈ اسلام تے ساڈے والا رب نے فرمایا
منافق ایڈا کمزور ہے لا تو ہا چھتی نہ لاکھ گا مینوں کچھ نہ کہ جب میں تواڈے نال جویں آکھو کہ میں اویں کراں گا منافق اسی ویلے ایمان بھی چھڈدا ہے عقیدہ بھی چھڈدا ہے اودی نظر دے اندر ایمان اور عقیدے دی کوئی اہمیت نہیں ہوندی او غرض اپنی ویکھدا ہے مینوں پیسہ کدھروں آ رہا ہے میری جان نو سکون کیڑے پاسوں ہے اونوں ایمان تے عقیدہ دینا پوے تے او دے چھڈدا ہے اللہ فرماندا ہے جڑا آ جاوے ایمان والے دے سامنے اور انہوں عبداللہ ابن حذافہ رضی اللہ تعالی عنہ اے او جنا اسلام دا جڑا 1000 بندے جنے طاقت رکھدا ہے کنی اچھا منافق دی حالت ویکھ لیجے کمزور ترین ایویں ہی ہے میرے اندر کوئی کمال نہیں میں علی پاک دا پتر ہوں میں علی دا لال ہاں تے اس نظریے نال ویکھو گے تے ثواب بھی ملے گا تے پیار نال ویکھو تے دوہرا ثواب ملے گا اللہ اس طرح عطا فرمائے منافق دی حالت ویکھ لیجے کی ہے ایک کسے دور وچ بھی تگڑا اسلام دی واری ٹھس ہائے میں نے ایک اور آیت یاد آ گئی اشحتنا علیکم فاذا جاء الخوف رأيتهم ينظرون إليك تدور أعينهم كالذي يغشى عليه من رب فرماندا ہے جدوں خوف آندا ہے نا اے منافق جدوں آپ ڈر جاندے نے تے انج ویندے نے سونیا تینوں جویں موت آ گئی ہے نا لڑن ویلے ٹھس نے تے جدوں مالے غنیمت دی واری آندی نا مال لین دی واری کہندے نے اسی بھی تواڈے نال آ جناب ساڈا وی حصہ بندا ہے اسی بھی لڑدے رہے ہیں آ دلیری وکھائی او وکھائی رب فرماندا ہے شے ہوندی کول کوئی نہیں کمزور ہوندے نے کچھ دین دی واری آوے یعنی چوری کھان واری آ جاندے نے تے خون دین واری نس جاندے نے اے منافق دی حالت ہے اسلام واسطے کرنا کچھ نہیں ہوندا پر اسلام دی وجہ تو جو مال ملدا تے پھر حصے دار وی بندے نے کمزور جذبات کوئی نہیں آپ بھی دین دا کرنا کوئی نہیں تے دوجے نو بھی ڈکنا تے جدوں کوئی سودا کرے انہاں دے ایمان دا تے فوری طور تے کہنے لیا پیسے مینوں نوٹ وہا میرا موڈ بنے لیا پیسے وہا اب ویکھنی کئی کئی ویکھ گئے نے چنگے بھلے لوگ ویکھ گئے نے عقیدہ دی تباہی انہاں پھیر دی کوئی ایرانی دولت تے ویکھ گیا ہے کوئی نجدی دولت تے ویکھ گیا ہے ہیں اللہ اکبر کمزور بیٹھ جو بیٹھ جو ڈاکٹر صاحب بیٹھ جو کمزور ترین منافق ایمان یقین عقیدہ ہر شے ویچ چھڑ دینے لیکن عبداللہ ابن حذافہ رضی اللہ تعالیٰ عنہ 1000 بندے دی طاقت رکھ دا جنا پھڑے گئے بادشاہ عیسائیوں دے سامنے پیش کیتا گیا مسلمانوں نے تے وزیر بادشاہ دے نیڑے ہو کے کہن لگا بادشاہ تگڑا بڑا ہے نو مسا قابو کیتا انہاں کا کہنا کی چاہنا ہے انہاں کہنا ہے چاہنا ہے جے کدی اینو اپنے داں کر لئی ہے نا ساڑی کانڈ گونی لاؤں گا
ਉਹਨੇ ਆਖਿਆ ਫਿਰ ਕੀ ਕਰੀਏ? ਉਹਨੇ ਆਖਿਆ ਇਹਨੂੰ ਲਾਲਚ ਦਿਓ ਜਿੰਨਾ ਵੀ ਦਿੱਤਾ ਜਾਂਦਾ ਹੈ, ਇਹ ਕਮਜ਼ੋਰ ਲੋਕ ਹੁੰਦੇ ਨੇ, ਪੈਸੇ ਦੀ ਇੰਨਾ ਐਡੀ ਹਵਾ ਨਹੀਂ ਵੇਖੀ ਹੁੰਦੀ ਅਤੇ ਛੇਤੀ ਮੰਨ ਜਾਣਗੇ। ਉਹਨੇ ਆਖਿਆ ਵੀ ਤੈਨੂੰ ਟਾਸਕ ਦੇਣਾ ਵਾ, ਜਿਵੇਂ ਟਿੱਲ ਲਾਣਾ ਲਾਲ ਆ, ਖਜ਼ਾਨਿਆਂ ਦੇ ਮੂੰਹ ਖੁੱਲ੍ਹੇ ਨੇ, ਜੋ ਕਰਨਾ ਕਰ ਲੈ। ਲਓ ਜਨਾਬ, ਅਬਦੁੱਲਾ ਇਬਨ ਉਜ਼ਾਫਾ ਨੂੰ ਘਰ ਲੈ ਗਿਆ। ਕਦੀ ਸਰਦਾਰੀ ਦੇ ਲਾਲਚ, ਕਦੀ ਪੈਸੇ ਦਾ ਲਾਲਚ, ਕਦੀ ਕੋਈ ਲਾਲਚ, ਆ ਜਾ ਸਾਡੇ ਵੱਲ, ਆ ਜਾ ਈਸਾਈ ਬਣ ਗਿਆ, ਯੇ ਹੋ ਜਾਏਗਾ, ਵੋ ਹੋ ਜਾਵੇਗਾ। ਉਹਦੀ ਬੇਟੀ ਬੜੀ ਖੂਬਸੂਰਤ ਸੀ, ਕਦੀ ਉਹਦੇ ਹੁਸਨ ਦਾ ਲਾਲਚ ਦੇ, ਬੇਟੀ ਨੂੰ ਵੀ ਸਮਝਾ ਵੀ ਇਹਨੂੰ ਆਪਣੇ ਵੱਲ ਲਾ। ਉਹਨੇ ਵੀ ਬੜੇ ਪੱਟੂ ਪਾਏ, ਬੜੀ ਸਰਦਾਰੀ ਦੇ ਲਾਲਚ। ਓਏ ਜਿਹੜਾ ਬਜ਼ਾਰੇ ਹੁਸਨੇ ਮੁਸਤਫਾ ਵਿੱਚ ਵਿਕ ਗਿਆ ਹੋਵੇ, ਇਹਨੂੰ ਦੁਨੀਆਂ ਦਾ ਹੁਸਨ ਕਿਵੇਂ ਬਹਾ ਸਕਦਾ? ਜਿਹੜਾ ਹਜ਼ੂਰ ਦੇ ਹੁਸਨ ਦੇ ਬਾਜ਼ਾਰ ਚ ਵਿਖਿਆ ਹੋਵੇ, ਜਿਹਨੇ ਸਰਕਾਰ ਨੂੰ ਵੇਖਿਆ ਹੋਵੇ, ਉਹ ਹੋਰ ਕਿਸੇ ਨੂੰ ਕਿਵੇਂ ਵੇਖ ਸਕਦਾ ਹੈ? ਮੈਂ ਕੋਜਾ ਤੇ ਰੱਜ ਕੇ ਕੋਜਾ, ਕੋਜਾ ਜਿਵੇਂ ਹਨੇਰਾ, ਤੂੰ ਸੋਹਣਾ ਤੇ ਰੱਜ ਕੇ ਸੋਹਣਾ, ਸੋਹਣਾ ਜਿਵੇਂ ਸਵੇਰਾ। ਬੜੀ ਉਹਨਾਂ ਕੋਸ਼ਿਸ਼ ਕੀਤੀ, ਲੇਕਿਨ ਆਪਨੇ ਆਪਣੇ ਨਜ਼ਰੀਆਤ ਦੇ ਨਾਲ ਇੱਕੋ ਹੀ ਜਵਾਬ ਦਿੱਤਾ, ਤਖਤੇ ਸਿਕੰਦਰੀ ਪਰ ਵੋ ਥੋਕਤੇ ਨਹੀਂ ਹੈ, ਤਖਤੇ ਸਿਕੰਦਰੀ ਪਰ ਵੋ ਥੋਕਤੇ ਬਿਸਤਰ ਲਗਾ ਹੁਆ ਹੈ ਜਿਨਕਾ ਤੇਰੀ ਗਲੀ ਮੇ, ਬਿਸਤਰ ਲਗਾ ਹੁਆ ਹੈ ਜਿਨਕਾ ਤੇਰੀ ਗਲੀ ਮੇ। ਇੱਥੋਂ ਨੂੰ ਸੁਣਾਉਣ ਦਾ ਮਕਸਦ ਏ, ਗਰਜ਼ ਏ, ਕਦੀ ਵੀ ਉਸ ਫਹਿਰਿਸਤ ਅੰਦਰ ਨਾ ਆਇਆ ਜੇ ਜਿਹੜੀ ਮੁਨਾਫਕਾਂ ਦੀ ਫਹਿਰਿਸਤ, ਕਦੀ ਪੁਸਤਲਾਂ ਨਾਲ ਖੜੇ ਨਾ ਹੋਇਆ ਜੇ। ਵੀਲ ਚੇਅਰ ਤੇ ਬੈਠ ਕੇ ਉਮਰ ਦਾ ਆਖਰੀ ਹਿੱਸਾ ਗੁਜ਼ਾਰਨ ਵਾਲੀ ਸ਼ਖਸੀਅਤ ਕਿਬਲਾ ਅਮੀਰ ਉਲ ਮੁਜਾਹਿਦੀਨ ਰਜ਼ੀ ਅੱਲਾਹੁ ਤਾਲਾ ਅਨਹੂ, ਆਪ ਦੀ ਜ਼ੁਬਾਨ ਤੇ ਅਕਸਰ ਇਹ ਜੁਮਲਾ ਰਹਿੰਦਾ ਸੀ, ਸ਼ਾਲਾ ਬੁਜ਼ਦਲਾਂ ਕਦੀ ਨੀਂਦ ਨਾ ਆਵੇ, ਸ਼ਾਲਾ ਬੁਜ਼ਦਲਾਂ ਕਦੀ ਨੀਂਦ ਨਾ ਆਵੇ, ਸ਼ਾਲਾ ਬੁਜ਼ਦਲਾਂ ਕਦੀ ਨੀਂਦ ਨਾ ਆਵੇ, ਸ਼ਾਲਾ ਬੁਜ਼ਦਲਾਂ ਕਦੀ ਨੀਂਦ ਨਾ ਆਵੇ। ਆਪ ਅਕਸਰ ਫਰਮਾਇਆ ਕਰਦੇ ਸਨ, ਤੂੰ ਆਇਆ ਨਾ ਕਿਉਂ ਤਰ ਪਤ ਨਸੀਬਾ, ਹਜ਼ਾਰਾਂ ਰੰਗਾਂ ਵਿੱਚ ਰੰਗੇਂਦੇ ਮੁਹੰਮਦ, ਤੂੰ ਆਇਆ ਨਾ ਕਿਉਂ ਦਰ ਪਤ ਨਸੀਬਾ, ਹਜ਼ਾਰਾਂ ਰੰਗਾਂ ਵਿੱਚ ਮੁਹੰਮਦ। ਮੁਨਾਫਿਕ ਬੁਝਦੇ ਲੁਣਦਾ ਏ, ਲੇਕਿਨ ਈਮਾਨ ਵਾਲੇ ਦੀ ਪੁਖਤਗੀ ਦਾ ਆਲਮ ਏ ਵੇ। ਜਨਾਬੇ ਅਨਸਰ ਰਜ਼ੀ ਅੱਲਾਹੁ ਤਾਲਾ ਅਨਹੁ ਫਰਮਾ ਦੇਣੇ, ਮੇਰੇ ਚਾਚਾ ਅਨਸ ਇਬਨੇ ਨਦਰ ਰਜ਼ੀ ਅੱਲਾਹੁ ਤਾਲਾ ਅਨਹੁ ਇੱਕ ਦਿਨ ਸਰਕਾਰ ਦੀ ਬਾਰਗਾਹ ਅੰਦਰ ਆਏ ਨੇ,
آکے عرض کردے نے سونے آن مینوں بڑا دکھے میں بدر اندر شریک نہیں ہو سکیا لج بھلا میں اپنے آپ اندر بڑا افسوس کرنا میں بین میدان بدر اندر کیوں نہ جاؤ سکیا سرکار دی پار گئے اندر بیٹھ کے انس ابن نضر نے عرض کیتی سونے آن اللہ مینوں زندگی دے وے ہن جے کدی کافراں دے نال آمنا سامنا ہو گیا ہن جے کدی کافراں دے نال پالا پی گیا سونے میں جوان اپنی جوانی دے جوہر وکھاواں گا میں اپنی ہمت دا مظاہرہ کراں گا لج پالا میں اسلام واسطے ایسی تلوار چلاواں گا اے کافر ویکھ دے رہن جان گے اگر مینوں موقع مل گیا ساڈے منصوبے ویکھو تے عاشقاں دے منصوبے ویکھو اج دا مسلمان منصوبے کردا اے اللہ مینوں دولت دےوے اج دا مکان بناواں گا لوکی ویکھ دے رہ جان گے اج دا مسلمان منصوبے بنا دے میرے پتر دی شادی آئی میں ایسی شادی کراں گا شریکہ ویکھدا رہ جاوے گا اج دا مسلمان منصوبے کردا اے میرے ویر دی شادی آئی میں اینج پیسہ لٹاواں گا لوگ ویکھدے رہ جان گے اج دا مسلمان منصوبے اور انداز دے کردا اے پر عاشقاں دے منصوبیاں دے رنگ ہی وکھرے نے عرض کیتی لج پالا اللہ نے جے مینوں مہلت دتی میں کافراں دیاں گردناں اتاراں گا میں انہاں نوں جہنم واصل کراں گا کریم آقا نے فرمایا انس موقع ملیا تے پتہ لگ جاوے گا جناب انس فرماتے نے اوہ دا میدان سج گیا ہے اے انس ابن نضر جنے سرکار دی بارگاہ اندر عرض کیتی سی سونیا میں ہمت دا مظاہرہ کراں گا جدوں مسلماناں دے قدم ڈگمگا گئے اے انس ابن نضر نے تلوار پھڑی اے کافراں وال لہراندے ہوئے جا رہے نے نالے کافراں وال جاندے نے نالے کئی دینے مینوں جنتیاں خوشبواں پیاں آندیاں نے مینوں جنتیاں خوشبواں آ رہیاں نے آپ نے کافراں نوں جہنم واصل کرنا شروع کر دتا ہے حتیٰ کہ خود بھی جام شہادت نوش کر گئے نے کافراں نے آپ دیاں اکھاں بھی نکال دتیاں نے آپ دا نک بھی کٹ دتا ہے آپ دے کن بھی کٹ دتے نے ہونٹ بھی کٹ دتے نے لیکن عاشق ڈریا نہیں عاشق نے ڈٹ کے اسلام واسطے جان دے نظرانے پیش کیتے نے چونکہ مومن بزدل نہیں ہوندا مومن کمزور نہیں ہوندا مومن تے اکو ہی نیت رکھدا ہے سنیا ساڈا اپنا تے کچھ بھی نہیں ساڈا مال بھی قربان ہے جان بھی قربان ہے اولاد بھی قربان بس کر دے اللہ اس طرح دے ٹائم تھوڑا بات مکان ہے ویکھ لو کڈی کمزوری وکھاندا ہے منافق تے راشی کہندا سونیا دعا کرو مینوں رب مہلت دے تے جے کدی کافراں دے سامنے آیا چھوٹے لا جائے گا کافر اور پھر لا کے وکھائے وی اے جے مومن دی پاور
اے مومن دی تقویت عالم ہے حالات کے قدموں میں کلندر نہیں گرتا ٹوٹے جو ستارہ زمین پر نہیں گرتا گرتے ہیں بڑے شوق سے سمندر میں دریا لیکن کسی دریا میں سمندر نہیں گرتا مومن قدیم بزدلی دا مظاہرہ اللہ اکبر غزوہ احزاب ہو رہا ہے سردی سخت ترین بات مکمل ہو رہی ہے 10,000 کافران نے ادھر آ کے مجمع لایا اللہ قرآن جو فرماتا ہے منافقہ دے اپنی منافقہ دا اظہار کر لے مومن ڈٹ گئے اللہ دا قرآن بولے پڑھئے قرآن یا ایوہ الذین آمنوا اذکروا نعمت اللہ علی اللہ فرماتا ہے وہ نعمت یاد کرو جڑیاں میں کیتیاں اِذْ جَاءَتْكُمْ جُنُودٌ تا فرمانا تھا جو تو لشکر آ گیا تو پھر میں لشکر پیجیا او جڑا تسی ویندے بھی نہیں سو اللہ نے نیری کلائی تھی نیر کوپکیر نیر ایسا کلیا اور شاید تسی نام بولو شاید بول بھی پہ وہ کچھ کہہ نہیں سکتا لیکن سن لو وہ نیر ایسا کلیا ایسا کلیا کافرہ دے خیم میں انہیں اڑا کر رکھ دیتے نے مومنہ والحواد اب اللہ بھی نہیں آ رہے یہ در آئی نہیں رہی ہوا وہ نہ دے جناب خیم میں چک چک کے ماری جان دے ہوا تے ادھر منافقان دی حالت بگڑی ہوئی ہے ایمان والے ڈٹ گئے تھے انہوں نے مسئلہ ہی کوئی نہیں نیر کلے اللہ دے نبی صلی اللہ علیہ وسلم نے فرمایا میرے غلامہ کون ہے جڑا کافرہ والا جاوے تے اونا دی حالتا جائزہ لے کہ آوے جڑا جاوے کا دن قیامت رو میرے نال ہوئے گا کریم آقا نے فرمایا کون جاوے گا کون جاوے گا کریم آقا نے حضرت حذیفہ رضی اللہ تعالی عنہ نے فرمایا جا حذیفہ جا خبر لے کے آ منافقہ دی ساری صورتحال دا جائزہ لے کے آ حذیفہ کنے سردی بھی انتہا دیئے جسم تے سردی دی وجہ دو کپ کپا ہٹتاری ہے لیکن جدو میرے آقا نے فرمایا جا انہ دی خبر لے کے آ فرما دینے میں چلے آ مینو اینجی لگ دائے جویں گرم ہوا وچ پیا چلنا اینجی لگ دا جویں گرم ہوا دے چل رہے ہیں سردی لگی نہیں رہی سردی نہیں لگ رہی کہہ دینے میں خندق پار کر کے ادھر گیا اونا دی صورتِ عالدہ جائزہ لیا سرکار نے جان لگے فرمایا سی حذیفہ کسی نے کچھ آکھی نہ بس جائزہ لے کے آمیں حذیفہ کہہ دینے میں ادھر گیا نا ابو سفیان مستی نال بیٹھا ہے تو میں نہ کڑ تیر لیا تیر کمان جے پا کے تانا بن نہیں لیا ہے سدھا انہوں ٹھکنا سی جا کے پھر خیال آیا سرکار نے فرمایا سی کسی نے کچھ آکھنا نہیں کسی نے کچھ کہ انہوں نے موہ میں تیر پیشاں کیتا تھا ویچ رکھے آکھا نہیں جی میں سونا راضی یوں اومی راضی
ਵੇਖੋ ਉਹ ਕਿਵੇਂ ਮੰਨਦੇ ਨੇ ਤੇ ਅਸੀਂ ਕਿਵੇਂ ਮੰਨਨੇ ਆ। ਉਹਨਾਂ ਨੂੰ ਸਰਕਾਰ ਨੇ ਫਰਮਾਇਆ ਕੁਝ ਆਖਣਾ ਨਹੀਂ, ਮੌਕਾ ਮਿਲ ਵੀ ਗਿਆ ਤੇ ਉਹਨਾਂ ਕੁਝ ਨਹੀਂ ਆਖਿਆ, ਕਿਉਂਕਿ ਸਰਕਾਰ ਨੇ ਫਰਮਾਇਆ ਸੀ ਕਿ ਸਾਨੂੰ ਸਰਕਾਰ ਨੇ ਕੁਝ ਨਹੀਂ ਫਰਮਾਇਆ, ਸਾਨੂੰ ਵੀ ਸਰਕਾਰ ਨੇ ਫਰਮਾਇਆ ਨਮਾਜ਼ ਪੜਿਆ ਕਰੋ, ਸਾਨੂੰ ਸਰਕਾਰ ਨੇ ਫਰਮਾਇਆ ਕੁਰਾਨ ਪੜਿਆ ਕੋ ਬਰਕਤ ਆਉਂਦੀ ਉਹ ਵੀ ਕੋਈ ਨਾ, ਸਾਨੂੰ ਸਰਕਾਰ ਨੇ ਆਖਿਆ ਮਾਂ ਪਿਓ ਦੀ ਮੰਨਤ ਉਹ ਵੀ ਕੋਈ ਨਾ, ਅਸੀਂ ਨਹੀਂ ਮੰਨਦੇ, ਅਸੀਂ ਆਪਣੀ ਮਰਜ਼ੀ ਨਾਲ ਚੱਲਦੇ। ਲੇਕਿਨ ਉਧਰ ਹਾਲਾਤ ਕਾਫਰਾਂ ਵੱਲ ਜਾਣਾ, ਹਾਲਾਤ ਟਾਈਟ ਵੀ ਹੋ ਸਕਦੇ, ਫੜਿਆ ਵੀ ਜਾ ਸਕਦਾ, ਲੇਕਿਨ ਕਹਿੰਦੇ ਨੇ ਸਰਕਾਰ ਨੇ ਮੈਨੂੰ ਫਰਮਾਇਆ ਟੁਰ, ਮੈਂ ਟੁਰ ਪਿਆ, ਸਰਦੀ ਲੱਗੀ ਕੋਈ ਨਾ। ਜੇ ਹੁੰਦਾ ਕੋਈ ਮੁਨਾਫਿਕ, ਮੁਨਾਫਿਕ ਤੇ ਪਹਿਲੇ ਘਬਰਾ ਗਿਆ ਸਾ, ਮੁਨਾਫਿਕ ਪਹਿਲੇ ਘਬਰਾ ਗਿਆ ਸਾ, ਲੇਕਿਨ ਮੋਮਿਨ ਘਬਰਾਏ ਨਾ, ਤੇਗੋ ਤੀਰ ਪਰ ਤਕੀਆ ਨਾ ਖੰਜਰ ਪਰ ਨਾ ਭਾਲੇ ਪਰ, ਭਰੋਸਾ ਥਾ ਤੋ ਇੱਕ ਸਾਦਾ ਸੀ ਕਾਲੀ ਕਮਲੀ ਵਾਲੀ, ਭਰੋਸਾ ਹੈ ਤੇ ਸਰਕਾਰ ਦੀ ਜ਼ਾਤ ਤੇ, ਹੋਰ ਪਰਵਾਹ ਹੀ ਕੋਈ ਨਹੀਂ। ਅੱਲਾਹੁ ਅਕਬਰ। ਕਹਿੰਦੇ ਨੇ ਮੈਂ ਜਦੋਂ ਵਾਪਸ ਆਇਆ ਨਾ, ਸਰਦੀ ਮੈਨੂੰ ਫਿਰ ਵੀ ਕੋਈ ਨਾ ਲੱਗੀ, ਸਰਦੀ ਫਿਰ ਵੀ ਕੋਈ ਨਹੀਂ ਲੱਗੀ, ਤੇ ਜਦੋਂ ਮੈਂ ਕੰਮ ਪੂਰਾ ਕਰਕੇ ਆ ਕੇ ਸਰਕਾਰ ਨੂੰ ਸਾਰੀ ਹਾਲਾਤ ਦੱਸ ਦਿੱਤੇ ਨੇ ਤੇ ਮੈਨੂੰ ਸਰਦੀ ਲੱਗਣ ਲੱਗ ਪਈ। ਜਿੰਨੀ ਦੇਰ ਤੱਕ ਸਰਕਾਰ ਦੇ ਹੁਕਮ ਵਿੱਚ ਰਿਹਾ ਵਾ ਸਰਦੀ ਲੱਗੀ ਕੋਈ ਨਹੀਂ, ਤੇ ਮੇਰੇ ਜਿਸਮ ਤੇ ਕਪਕਪਾ ਹਟਾਈ ਨਾ, ਵੇਖ ਆਸ਼ਕਾਂ ਨੂੰ ਸਿਲੇ ਕਿਵੇਂ ਮਿਲਦੇ ਨੇ। ਸਰਕਾਰ ਨੇ ਨਾ ਇੰਜ ਚਾਦਰ ਲਈ ਹੈ, ਕੰਬਲ ਮੁਬਾਰਕ ਓੜਿਆ, ਸਰਕਾਰ ਨੇ ਇੱਕ ਪੱਲੂ ਇੰਜ ਸਾਈਡ ਤੇ ਕੀਤਾ, ਫਰਮਾਇਆ ਆ ਜਾ ਮੈਂ ਵੀ ਲੇਟ ਜਾਣਾ ਵਾ ਤਾਂ ਮੇਰੇ ਨਾਲ ਹੀ ਲੇਟ ਜਾ। ਸਰਕਾਰ ਨੇ ਆਪਣੇ ਕੰਬਲ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ, ਸਰਕਾਰ ਨੇ ਫਰਮਾਇਆ ਆ ਜਾ ਮੇਰੇ ਨਾਲ ਹੀ ਲੇਟ ਜਾ। ਦੱਸੋ ਉਹਦੀ ਮਿਰਾਜ ਦਾ ਕੀ ਆਲਮ ਹੋਵੇਗਾ ਜਿਹੜਾ ਸਰਕਾਰ ਦਾ ਕੰਬਲ ਲੈ ਕੇ ਸਰਕਾਰ ਦੇ ਨਾਲ ਹੀ ਲੇਟ ਗਿਆ, ਪਰ ਸੁਬਾ ਹੋਈ ਸਰਕਾਰ ਪਹਿਲੇ ਉੱਠ ਪਏ ਤੇ ਉਹ ਅਜੇ ਉੱਠੇ ਹੀ ਨਹੀਂ, ਸਰਕਾਰ ਚਾਦਰ ਹਟਾ ਕੇ ਕਹਿੰਦੇ ਨੇ ਚੱਲ ਉੱਠ ਹੋਣ। ਇਹ ਮੁਹੱਬਤਾਂ ਦੇ ਸਿਲੇ ਨੇ ਯਾਰ, ਇਹ ਆਸ਼ਕਾਂ ਨੂੰ ਮਿਲਦੇ ਨੇ, ਇਹ ਇਮਾਨ ਵਾਲਿਆਂ ਨੂੰ ਮਿਲਦੇ ਨੇ, ਪੱਕੇ ਲੋਕਾਂ ਨੂੰ ਮਿਲਦੇ ਨੇ, ਔਰ ਜਿਹੜੇ ਸਰਕਾਰ ਦੀ ਜ਼ਾਤ ਤੋਂ ਫਿਦਾ ਹੋ ਜਾਂਦੇ ਨੇ ਉਹ ਦੋ ਨੰਬਰੀ ਜਿਹੜੇ ਨਹੀਂ ਕਰਦੇ, ਔਰ ਜਿਹੜੇ ਸਰਕਾਰ ਦੇ ਅੰਦਰੋਂ ਬਾਹਰ ਹੋ ਜਾਂਦੇ ਨੇ ਸਰਕਾਰ ਦੁਨੀਆ ਤੇ ਵੀ ਆਪਣਾ ਬਣਾ ਲੈਂਦੇ ਨੇ, ਸਰਕਾਰ ਹਸ਼ਰ ਵਿੱਚ ਵੀ ਆਪਣਾ ਬਣਾ ਲੈਣਗੇ। ਮਜ਼ਾ ਤਬ ਹੈ ਸਰਕਾਰ ਮਾਸ਼ਰ ਮੈਂ ਕਹਿੰਦੇ ਵੋ ਦੇਖੋ ਹਮਾਰਾ ਗੁਲਾਮ ਆ ਰਹਾ ਹੈ। ਸਰਕਾਰ ਨੂੰ ਖਤ ਭੇਜਿਆ, ਕਹਿਣ ਲੱਗਾ ਜੀ ਗੱਲ ਇਹ ਤੁਸੀਂ ਵੀ ਨਬੀ ਹੋ ਤਾਂ ਮੈਂ ਵੀ ਨਬੀ ਹਾਂ, ਤੇ ਤੁਸੀਂ ਵੀ ਨਬੀ ਮੈਂ ਵੀ ਨਬੀ, ਤੇ ਇਸ ਤਰ੍ਹਾਂ ਹੈ ਕਿ ਆਪਾਂ ਕੁਝ ਥੋੜਾ ਸਮਝੌਤਾ ਹੀ ਕਰ ਲਈਏ, ਅੱਧੇ ਲਾ ਕੇ ਤੁਸੀਂ ਨਬੀ ਬਣ ਜਾਓ, ਅੱਧੇ ਤਾਂ ਮੈਂ ਬਣ ਜਾਂਦਾ ਵਾਂ, ਤੇ ਜੇ ਨਹੀਂ ਤਾਂ ਫਿਰ ਇਸ ਤਰ੍ਹਾਂ ਕਰ ਲਈਏ ਜਿੰਨੀ ਦੇਰ ਤੱਕ ਤੁਸੀਂ ਜ਼ਿੰਦਾ ਹੋ ਤੁਸੀਂ ਨਬੀ, ਉਸ ਤੋਂ ਬਾਅਦ ਮੈਂ ਬਣ ਜਾ। ਇਹ ਤਹਰੀਰ ਲਿਖ ਦਿਓ, ਉਹਨੇ ਖਤ ਭੇਜਿਆ, ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਖਤ ਦੇ ਪਿੱਛੇ ਇੱਕੋ ਜਵਾਬ ਦਿੱਤਾ, ਫਰਮਾਇਆ ਤੂੰ ਝੂਠਾ ਹੈ, ਤੂੰ ਬਹੁਤ ਹੀ ਲੰਮੀ ਚੌੜੀ ਗੱਲ ਹੀ ਕੋਣੀ, ਕਰੀਮ ਆਕਾ ਨੇ ਫਰਮਾਇਆ ਤੂੰ 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 ਖਤਮੇ ਨਬੂਵਾ ਦਾ ਮੁਨਕਰ ਹੈ ਨਾ, ਫਰਮਾਇਆ ਤੂੰ ਖਤ ਲਿਖ ਕੇ ਮੇਰੇ ਆਕੇ ਨੇ ਬੰਦ ਫਰਮਾ ਦਿੱਤਾ। ਸਰਕਾਰ ਨੇ ਫਰਮਾਇਆ ਸਾਬਾ ਕੌਣ ਹੈ ਜਿਹੜਾ ਮੇਰਾ ਖਤ ਲੈ ਕੇ ਜਾਏਗਾ, ਸਾਬਾ ਬੈਠੇ ਨੇ ਹਬੀਬ ਇਬਨ ਜ਼ੈਦ ਰਜ਼ੀ ਅੱਲਾਹੁ ਤਾਲਾ ਨੂੰ ਇਹ ਖਜੂਰਾਂ ਖਾ ਰਹੇ ਨੇ, ਤੇ ਸਰਕਾਰ ਨੇ ਫਰਮਾਇਆ ਕੌਣ ਹੈ ਜਿਹੜਾ ਖਤ ਲੈ ਕੇ ਜਾਏਗਾ, ਫੌਰਨ ਅਰਜ਼ ਕੀਤੀ ਸੋਹਣਿਆ ਮੈਂ ਲੈ ਕੇ ਜਾਂਦਾ, ਇਹ ਵਿਆਹ ਤੇ ਨਹੀਂ ਜਾਣਾ,
ਇੱਕ ਰੋਟੀ ਖਾਣ ਨਹੀਂ ਜਾਣਾ, ਇੱਕ ਦੁਸ਼ਮਣ ਦੇ ਕਲੇ ਚ ਜਾਣਾ, ਉਹ ਕੁਝ ਵੀ ਕਰ ਸਕਦਾ। ਸੋਹਣਿਆ ਮੈਂ ਲੈ ਕੇ ਜਾਣਾ ਵਾ, ਤੇ ਜਦੋਂ ਬੋਲੇ ਤੇ ਮੂੰਹ ਵਿੱਚੋਂ ਖਜੂਰਾਂ ਦੇ ਜ਼ਰਰ ਨਿਕਲੇ। ਇੱਕ ਸਿਆਪੀ ਬੋਲੇ, ਕਹਿਣ ਲੱਗੇ ਉਹ ਪਹਿਲੇ ਖਜੂਰ ਤੇ ਚੰਗੀ ਤਰ੍ਹਾਂ ਖਾ ਲਾ ਫਿਰ ਬੋਲ ਲੈਣ। ਕਹਿਣ ਲੱਗਾ ਖਜੂਰ ਮੈਂ ਖਾਂਦਾ ਰਹਾਂ ਤੇ ਵਾਰੀ ਘੋਰ ਲੈ ਜਾ, ਮੈਂ ਖਜੂਰ ਖਾਂਦਾ ਰਹਿ ਜਾ ਤੇ ਨੰਬਰ ਕੋਈ ਹੋਰ ਲੈ ਜਾ। ਇਹੋ ਨੇ ਇੱਕ ਰਵਾਇਤ ਤੇ ਜਾਂਦਾ ਹੈ ਕਿ 12 ਬੱਚਿਆਂ ਦੇ ਬਾਪ ਨੇ ਜਾਂ 10 ਬੱਚਿਆਂ ਦੇ ਬਾਪ ਨੇ ਤੇ ਛੋਟੇ ਛੋਟੇ ਬਾਲ ਨੇ, ਇਹ ਫਿਕਰ ਹੀ ਕੋਣੀ ਜਾਵਾਂਗਾ ਤੇ ਬਣੇਗਾ ਕੀ। ਅਰਜ਼ ਕੀਤੀ, ਸੋਹਣਿਆ ਮੈਂ ਲੈ ਕੇ ਜਾਣਾ ਵਾ ਖਤ ਕਰੀਮ। ਆਕਾ ਨੇ ਖਤ ਮੁਬਾਰਕ ਦਿੱਤਾ, ਫਰਮਾਇਆ ਲੈ ਜਾ। ਸਰਕਾਰ ਨੇ ਰਵਾਨਾ ਫਰਮਾਇਆ, ਸਹਾਬਾ ਫਰਮਾਉਂਦੇ ਨੇ ਜਦੋਂ ਸਰਕਾਰ ਨੇ ਰਵਾਨਾ ਫਰਮਾਇਆ ਉਹਦੀ ਟੋਰ ਹੀ ਵੱਖਰੀ ਹੈ, ਰੰਗ ਹੀ ਵੱਖਰਾ ਹੈ, ਅੰਦਾਜ਼ ਵੱਖਰਾ ਹੈ, ਬਾਲਾਂ ਦੀ ਫਿਕਰ ਕੋਈ ਨਹੀਂ, ਸਰਕਾਰ ਦਾ ਇਸ਼ਕ ਲੈ ਕੇ ਜਾ ਰਿਹਾ ਹੈ। ਮੁਸੈਲਮਾ ਕਜ਼ਾਬ ਦੇ ਦਰਬਾਰ ਅੰਦਰ ਜਾ ਕੇ ਖੜੇ ਹੋ ਗਏ ਨੇ, ਪਤਾ ਲੱਗ ਗਿਆ ਸਰਕਾਰ ਦਾ ਨੁਮਾਇੰਦਾ ਆਇਆ ਹੈ। ਸਰਕਾਰ ਦਾ ਖਤ ਮੁਸੈਲਮਾ ਨੂੰ ਪਕੜਾ ਕੇ ਖੜੇ ਹੋ ਗਏ ਨੇ। ਬਾਦਸ਼ਾਹਾਂ ਦੇ ਆਪਣੇ ਆਪਣੇ ਅੰਦਾਜ਼ ਨੇ, ਖਤ ਆਪ ਨਹੀਂ ਪੜ੍ਹਦੇ, ਆਪਣੇ ਦਰਬਾਰੀਆਂ ਕੋਲ ਪੜਵਾਉਂਦੇ ਨੇ। ਉਹਨੇ ਆਪਣੇ ਦਰਬਾਰੀ ਨੂੰ ਆਖਿਆ ਪੜ ਖਤ ਦਾ ਜਵਾਬ ਕੀ ਆਇਆ ਹੈ। ਉਹਨੇ ਉੱਚੀ ਆਵਾਜ਼ ਨਾਲ ਜਦੋਂ ਜਵਾਬ ਪੜਿਆ, ਜਵਾਬ ਲਿਖਿਆ ਸੀ ਤੂੰ ਝੂਠਾ ਏ, ਉਹ ਜ਼ਾਲਿਮਾ ਤੂੰ ਝੂਠਾ ਏ, ਤੂੰ ਸੱਚਾ ਨਹੀਂ ਤੂੰ ਝੂਠਾ ਏ। ਜਦੋਂ ਭਰੇ ਦਰਬਾਰ ਅੰਦਰ ਜਵਾਬ ਪੜਿਆ ਗਿਆ, ਮੁਸੈਲਮਾ ਕਜ਼ਾਬ ਨੂੰ ਖਿਫਤ ਦਾ ਸਾਹਮਣਾ ਕਰਨਾ ਪਿਆ। ਕਰੀਮ ਆਕਾ ਦਾ ਨੌਕਰ ਖੜਿਆ ਹੋਇਆ ਏ, ਖੜਾ ਹੋਇਆ ਏ। ਮੁਸੈਲਮਾ ਵੇਖ ਕੇ ਕਹਿਣ ਲੱਗਾ ਤੇਰੇ ਨਬੀ ਨੇ ਤਾਂ ਮੈਨੂੰ ਝੂਠਾ ਆਖਿਆ ਏ, ਦੱਸ ਤੇਰੀ ਕੀ ਮਰਜ਼ੀ ਏ, ਤੂੰ ਮੇਰੇ ਬਾਰੇ ਕੀ ਕਹਿਣਾ ਏ। ਆਸ਼ਿਕ ਬੋਲ ਕੇ ਤੜਪ ਕੇ ਮਚਲ ਕੇ ਬੋਲਿਆ, ਫਰਮਾਇਆ ਜ਼ਾਲਿਮਾ ਜਿਹਨੂੰ ਮੇਰੇ ਆਕਾ ਨੇ ਝੂਠਾ ਆਖਿਆ ਏ, ਮੈਂ ਵੀ ਉਹਨੂੰ ਝੂਠਾ ਹੀ ਆਖਾਂਗਾ। ਤੂੰ ਕੱਲ ਵੀ ਝੂਠਾ ਸੈਂ, ਤੂੰ ਅੱਜ ਵੀ ਝੂਠਾ ਏ, ਤੂੰ ਕੱਲ ਵੀ ਝੂਠਾ ਸੈਂ, ਤੂੰ ਅੱਜ ਵੀ ਝੂਠਾ ਏ। ਉਸ ਜ਼ਾਲਿਮ ਨੂੰ ਗੁੱਸਾ ਆਇਆ, ਕਹਿਣ ਲੱਗਾ ਮੈਨੂੰ ਸੱਚਾ ਕਹਿ, ਨਹੀਂ ਮੈਂ ਤੇਰੀ ਗਰਦਨ ਉਤਾਰ ਦੇਵਾਂਗਾ, ਨਹੀਂ ਤੇ ਮੈਂ ਤੇਰੇ ਨਾਲ ਬੁਰਾ ਸਲੋਕ ਕਰਾਂਗਾ। ਆਸ਼ਿਕ ਮਚਲ ਕੇ ਬੋਲਾ, ਫਰਮਾਇਆ ਜ਼ਾਲਿਮਾ ਅਸੀਂ ਸਰਕਾਰ ਦੇ ਨੌਕਰਾਂ, ਕਿਸੇ ਕੋਲੋਂ ਡਰਦੇ ਨਹੀਂ। ਮੁਸੈਲਮਾ ਕਹਿਣ ਲੱਗਾ ਜ਼ਰਾ ਪਿੱਛੇ ਵੇਖ, ਉਹਦੀ ਫੌਜ ਖੜੀ ਹੋਈ ਹੈ, ਉਹਦਾ ਖਿਆਲ ਅਸੀਂ ਪਿੱਛੇ ਵੇਖੇਗਾ, ਫੌਜੀਆਂ ਨੂੰ ਵੇਖ ਕੇ ਡਰ ਜਾਏਗਾ। ਆਸ਼ਿਕ ਬੋਲਿਆ, ਫਰਮਾਇਆ ਜ਼ਾਲਿਮਾ ਮੈਂ ਆਉਣ ਲੱਗੇ ਆਪਣੇ ਬੱਚੇ ਨਹੀਂ ਵੇਖ ਕੇ ਆਇਆ, ਪਿੱਛੇ ਕਿਉਂ ਵੇਖਾਂ, ਮੈਂ ਡਰਨ ਵਾਲਾ ਨਹੀਂ। ਆਸ਼ਿਕ ਬੁਸਦਿਲ ਨੇ ਉਹ ਦਾ ਫਰਮਾਇਆ ਤੂੰ ਝੂਠਾ ਏ। ਉਸ ਜ਼ਾਲਿਮ ਨੇ ਆਖਿਆ ਇਹਦਾ ਬਾਜ਼ੂ ਕੱਟ ਦਿਓ। ਜਨਾਬ ਬਾਜ਼ੂ ਕੱਟ ਦਿੱਤਾ ਗਿਆ ਏ। ਹੁਣ ਤੁਸੀਂ ਅੰਦਾਜ਼ਾ ਕਰੋ ਸੂਈ ਚੁੱਭ ਜਾਏ ਕਿੰਨੀ ਤਕਲੀਫ ਹੁੰਦੀ ਏ, ਜਿਹਦਾ ਬਾਜ਼ੂ ਕੱਟ ਗਿਆ ਏ ਉਹਦੀ ਕੈਫੀਅਤ ਕੀ ਹੋਵੇਗੀ। ਖੂਨ ਫਵਾਰੇ ਜਾਰੀ ਹੋ ਗਏ ਨੇ, ਖੂਨ ਜਾਰੀ ਏ। ਉਹ ਆਪਦਾ ਹੱਥ ਕੱਟ ਕੇ ਕਹਿੰਦਾ ਦੱਸ ਹੁਣ ਕੀ ਕਹਿਣਾ ਏ। ਆਸ਼ਿਕ ਕਹਿੰਦਾ ਏ ਮੈਂ ਉਹੀ ਕਹਿਣਾ ਵਾਂ ਜੋ ਪਹਿਲੇ ਕਹਿੰਦਾ ਸਾਂ, ਤੂੰ ਝੂਠਾ ਏ, ਤੂੰ ਝੂਠਾ ਏ, ਮੇਰੇ ਆਕਾ ਸੱਚੇ। ਜ਼ਾਲਿਮ ਨੇ ਆਪਦੇ ਹੱਥਾਂ ਨੂੰ ਵੀ ਕੱਟਿਆ ਏ, ਆਪਦੇ ਪੈਰਾਂ ਨੂੰ ਵੀ ਕੱਟਿਆ ਏ, ਲੇਕਿਨ ਆਸ਼ਿਕ ਟੋਲਿਆ ਨਹੀਂ। ਆਸ਼ਿਕ ਦੀ ਜ਼ੁਬਾਨ ਤੇ ਕੋਈ
لوگ جملہ نہیں آیا عاشق اپنے عشق اندر پورا ہے کوئی جواب دیتی جا رہا ہے تو جھوٹا ہے میرے آقا سچے اے عاشقاں نے کدی بھی حالات دے سامنے گھٹنے نہیں ٹیکے تلواراں چلدیاں رہیاں عاشق پھر بھی مضبوط رہے جناب شل چل دے رہے عاشق پھر بھی مضبوط رہے سیدیاں گولیاں چلدیاں رہیاں عاشق پھر بھی مضبوط رہے نہ اودو عاشق ڈولے نے نہ اج عاشق ڈولے نے عاشق اودو بھی کہندے رہے عاشق آج بھی کہندے رہے عاشق قیامت تک کہندے رہن گے تاجدار ختم نبوت تاجدار ختم نبوت تاجدار ختم نبوت بولو بولو تاجدار ختم نبوت سرکار دی ختم نبوت عاشق یودوں بھی جانا دیتیاں نے میں حیران سینٹ دے اجلاس جنر فیصل سمدواری کمینہ بولے آؤ کہن لگا قادیانیاں واسطے بھی نرم گوشہ ہونا چاہی رہے ان واسطے بھی کو راہ ہموار ہونی چاہی رہے اور تو سرکار دا کلمہ پڑھنے والا ہو گے کیوں قادیانیاں دی حمایت وچ پہ بولنا ہے ظالمہ تینوں فالج کیوں نہ ہویا اور تینوں قادیانیاں نل جینا پیار رب وے ٹر جا جا قادیانیاں دیاں خان کامائی اندر ٹر جا اونا دے کول جا کے قاد یعنی بند کیوں نہیں جانا سچا ایمان والا پاوے سینٹ دا اجلاس ہوئے پاوے قومی اسمبلی دا اجلاس ہوئے پاوے پنجاب اسمبلی دا اجلاس ہوئے چاہے فیض آباد دا میدان ہوئے چاہے مسجد دا ممبر ہوئے چاہے بازار ہوئے چاہے کوئی بھی میدان ہوئے کدی بھی سرکار دی ختم نبوت کمزوری دا اظہار نہیں کر سکدا سچا ایمان والا کوئی گل کر دے تاجدار ختم نبوت سچا ایمان والا کوئی گل کر دے ایک بار ضروری لکھ وار ضروری ہے لکھ وار ضروری ہے یارو ختم نبوت دا پرچار ضروری ہے بولو بولو پرچار ضروری ہے ختم نبوت دا پرچار ضروری ہے تاجدار ختم نبوت تاجدار ختم نبوت تاجدار ختم نبوت لبیک 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 یا رسول اللہ لبیک 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 یا رسول اللہ لبیک 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 یا رسول اللہ تاجدار ختم نبوت تاجدار ختم نبوت تاجدار ختم نبوت لبیک لبیک
لبيك يا رسول الله لبيك 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 يا رسول الله لب پر نات پاک کا لغب کل بھی تھا اور آج بھی ہے میرے نبی سے میرا رشتہ کل بھی تھا اور آج بھی ہے بدلا دو گستاخ نبی خوش دیرت مسلم زندہ ہے ان پہ جذبہ کل بھی تھا اور آج بھی ہے لبیک 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 یا رسول اللہ لبیک 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 یا رسول اللہ قدر بھلانا بلبل جانے صاف دماغا والی قدر بھلانا گرج کی جان مردے کھاون والی قدر نبی دا ایک ہی جان دنیا دار ملے قدر نبی دا سنی جال قدر نبی دا عاشق جال قدر نبی دا عاشق جال قدر نبی دا قدر نبی دا قدر اور منافقاں نو سرکار دی عظمت دا پتہ نہیں اے تے عاشقاں نو پتہ ہے سرکار دی عظمت ابوبکر جان دینے سرکار دی عظمت عمر جان دینے سرکار دی عظمت جان دینے تے عثمان غنی جان دینے حیدر کرار جان دینے ساج بن عبادہ جان دینے جناب اصحاب کرام جان دینے او سرکار دی عظمت اولیاء نے جان لی سرکار دی عظمت نو سمجھا تے داتا علی حجویری نے سمجھیا سرکار دی عظمت نو سمجھا تے ہند الولی نے سمجھیا سرکار دی عظمت نو سمجھا تے مہر علی نے سمجھیا سرکار دی عظمت جانی ہے تے بریلی دے تاجدار نے جانی ہے سرکار دی عظمت جانی ہے خواجہ غلام مرتضیٰ نے جانی خواجہ نور محمد نے جانی او سرکار دی عظمت جانی ہے تے خادم حسین نے جانی ہے او سرکار دی عظمت ناش کا جانی ہے جن ہر موقع تے کوئی گل کیتی ہے تاجدار ختم نبو ختم نبو ختم نبو تاجدار ختم نبوت 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 بات اتنی ہے عرض اتنی ہے میں آج پورے خطبہ جمعہ المبارک دے اندر دو چیزاں تہاڈے سامنے رکھی والے منافق دی بزدلی اور مومن دی قوت اور منافق دی ذلت اور مومن دی عزت سرکار انج ہی اپنا بنا دے نے جویں اسے حذیفہ نوں نال لٹا لیا نا اے تا ایک عاشق دی گل ہے نا اگر باس لمبی کریے بات لمبی کریے تو بڑی لمبی ہوں دی عاشقاں دی لسٹ کدو چھوٹی اس واسطے میں آستانہ عالیہ دیس مرکزی پلیٹ فارم تو ایک ذمہ دار ہون دی حیثیت نال گل کر رہا جے کدی منافقاں دے نال بین اٹھن نہ رکھیا جے نہیں تے او وی تانوں منافق کر دین گے عاشقاں نال بہ کے اور میں تانوں ایک مشورہ دیاں آخری مشورہ اور قیمتی ترین مشورہ اگر کسی نے اختلاف ہوئے تھے میں وہ دے اختلاف تھی بھی قدر کرانگا میں جو سمجھیا جو میں محسوس کیتا اوے وے حولی جا گل کریے تل بڑا لالیا سوا کنٹے گلے وے قرآن احادیث سبحان اللہ ساڑے واسطے سب تو بڑی چیز قرآن پڑھو حدیث پڑھو
ਤੇ ਨਾਲ ਤੁਸੀਂ 5 ਮਿੰਟ ਦਾ 7 ਮਿੰਟ ਦਾ ਚਾਹੇ 2 ਮਿੰਟ ਦਾ ਵੀ ਮਿਲ ਜਾਵੇ ਨਾ ਤੇ ਪੂਰੀ ਇਨਹਿਮਾਕ ਦੇ ਨਾਲ ਤੁਸੀਂ ਕਿਬਲਾ ਅਮੀਰੁਲ ਮੁਜਾਹਿਦੀਨ ਦਾ ਇੱਕ ਕਲਿੱਪ ਸੁਣ ਲਓ। ਰੋਜ਼ਾਨਾ ਦੀ ਬੁਨਿਆਦ ਤੇ 5-7 ਮਿੰਟ ਦਾ ਕਲਿੱਪ ਸੁਣ ਲਵੋ। ਇਹ ਮੁਨਾਫਕਤ ਇੰਜ ਦੂਰ ਨਾ ਨਸੀ ਤੇ ਫਿਰ ਫਕੀਰ ਦਾ ਗਿਰੇਵਾਨ ਹੋ ਜਾ। ਮੁਨਾਫਕਤ ਛੱਕੇ ਛੁਡਾ ਕੇ ਨਾ ਨਸੀ ਤੇ ਫਿਰ ਆਖਿਆ ਜੇ ਬੰਦੇ ਨੂੰ ਇੰਜ ਪਾਵਰ ਮਿਲਦੀ ਹੈ, ਇੰਜ ਬੂਸਟ ਵੱਜਦਾ ਹੈ ਨਾ ਇਨਸਾਨ ਦੀ ਇਸ਼ਕ ਨੂੰ। ਇਨਸਾਨ ਇੱਕ ਲਮਹੇ ਤੋਂ ਉਹਦੇ ਜਜ਼ਬਾਤ ਉਹਦੇ ਸੁਰੱਈਆ ਤੇ ਪਹੁੰਚ ਜਾਂਦੇ ਨੇ। ਹਾਂ ਹਾਂ, ਮੇਰਾ ਮਸ਼ਵਰਾ ਹੈ ਇੱਕ, ਤੁਸੀਂ ਡਾਕਟਰ ਵੀ ਆਂਦੇ ਨੇ ਕਿ ਥੋੜੇ ਦਿਨ ਇਹ 5-7 ਦਿਨ ਹਫਤਾ ਦਵਾਈ ਖਾ ਕੇ ਵੇਖੋ ਅਸਰ ਜ਼ਰੂਰ ਹੋਵੇਗਾ ਤੇ ਠੀਕ ਹੈ। ਤੁਸੀਂ ਕਮ ਨਾ ਕਮ ਇੱਕ ਹਫਤਾ ਅਗਲੇ ਜੁਮੇ ਤੱਕ ਤੁਸੀਂ ਮੁਸਲਸਲ ਕੋ 5-7 ਮਿੰਟ ਦਾ ਇੱਕ ਕਲਿੱਪ ਰੋਜ਼ ਦਾ ਸੁਣ ਕੇ ਵੇਖੋ। ਅਗਲੇ ਜੁਮੇ ਤੁਸੀਂ ਆ ਕੇ ਦੱਸੋਗੇ ਸ਼ਾਹ ਜੀ ਉਹ ਦਲੇਰੀ ਪਤਾ ਨਹੀਂ ਆ ਕਿੱਧਰੋਂ ਗਈ, ਸਮਝ ਕੋ ਨਹੀਂ ਪਿਆ ਲੱਗ ਪਈ। ਹਕੀਕਤ ਗੱਲ ਜੇ ਯਾਰ, ਖੁਦਾ ਦੀ ਇੱਜ਼ਤ ਦੀ ਕਸਮ, ਉਹ ਬਾਬਾ ਤਾਂ ਐਡਾ ਦਲੇਰ ਗੁਜ਼ਰਿਆ, ਉਹਦੇ ਜਾਣ ਤੋਂ ਬਾਅਦ ਦਲੇਰੀ ਅਜੇ ਵੀ ਇੰਨੇ ਉਹਦਾ ਰੋਬ ਇੰਨਾ ਛਾਇਆ। ਤੁਸੀਂ ਅੱਜ ਵੀ ਲਾ ਕੇ ਵੇਖੋ ਤਸਵੀਰ ਫੇਸਬੁੱਕ ਤੇ, ਹਰ ਸ਼ਾਇ ਉਡਾ ਕੇ ਰੱਖ ਦਿੰਦਾ ਇੰਨੇ ਡਰੇ ਕਲੋਤੇ ਨੇ। ਇਹ ਆਸ਼ਕਾਂ ਨੂੰ ਸਾਡੇ ਬਾਬਾ ਜੀ ਫਰਮਾ ਗਏ ਨੇ ਇਸ਼ਕ ਆਪਣੇ ਫੈਸਲੇ ਕਰਨ ਦੇ ਅੰਦਰ ਖੁਦ ਬੜਾ ਦਲੇਰ ਹੁੰਦਾ। ਮੈਂ ਇਸ ਤੋਂ ਨਹੀਂ ਕਿ ਮੇਰੇ ਉਸਤਾਦ ਰਹੇ ਨੇ, ਹਾਂ ਉਹ ਆਪਣੀ ਜਗ੍ਹਾ, ਲੇਕਿਨ ਅਗਰ ਇਨਸਾਫ ਦੀ ਅੱਖ ਨਾਲ ਥੋੜਾ ਵੇਖੀਏ ਨਾ। ਮੈਂ ਕੱਲ ਮੈਂ ਹਜ਼ਰਤ ਸੁਣ ਰਿਹਾ ਸੀ ਕਲਿੱਪ ਹਸਨ ਨਸਾਰ ਦਾ, ਬੜਾ ਵੱਡਾ ਐਂਕਰ ਹੈ, ਬੜੇ ਉਹਦੇ ਕਲਮ ਆਉਂਦੇ ਨੇ ਸਾਰਾ ਕੁਝ, ਔਰ ਬੜੇ ਤਨਕੀਦੀ ਗੁਫ਼ਤਗੂ ਕਰਨ ਵਾਲਾ ਹਸਨ ਨਸਾਰ ਹੁੰਦਾ। ਆਫੀਸ਼ਲ ਜਿਹੜਾ ਯੂਟਿਊਬ ਚੈਨਲ ਹੈ ਉਹਦੇ ਤੋਂ ਤੁਸੀਂ ਹੁਣ ਵੀ ਨਿਕਾਲ ਕੇ ਦੇਖੋ, ਹਫ਼ਤਾ ਪਹਿਲੇ ਉਹਨੇ ਅਪਲੋਡ ਕੀਤਾ। ਉਹਨੇ ਆਖਿਆ ਮੈਨੂੰ ਪਤਾ ਹੀ ਨਹੀਂ ਸੀ, ਮੈਨੂੰ ਤੇ ਹੁਣ ਪਤਾ ਲੱਗਾ ਬਾਬਾ ਸ਼ਾਹ ਕੀ ਸੀ। ਯਕੀਨ ਜਾਣੋ ਉਹਨੇ ਆਖਿਆ ਇਤਨੀ ਸਾਦਾ ਜ਼ਿੰਦਗੀ, ਕਾਸ਼ ਮੈਨੂੰ ਪਹਿਲੇ ਪਤਾ ਲੱਗਦਾ ਸਾਰਾ ਕੁਝ। ਲੇਕਿਨ ਸਾਡਾ ਅਲਮੀ ਆਵੇ ਸਾਨੂੰ ਜਦੋਂ ਵੀ ਕਦਰ ਹੋਈ ਹੈ ਬੰਦੇ ਦੇ ਜਾਣ ਤੋਂ ਬਾਅਦ ਹੋਈ, ਪਹਿਲੇ ਅਸਾਂ ਆਪਣੀ ਅਕਲ ਦੇ ਤੀਰ ਚਲਾਏ ਨੇ। ਇਸ ਵਾਸਤੇ ਬਾਤ ਲੰਬੀ ਨਾ ਹੋ ਜਾਵੇ, ਮੈਂ ਤੁਹਾਨੂੰ ਇਹ ਕਹਾਂਗਾ ਹਮੇਸ਼ਾ ਸੱਚੇ ਲੋਕਾਂ ਨਾਲ ਰਹਿਣ, ਮੁਨਾਫਕੀਨ ਤੋਂ ਆਪਣੇ ਆਪ ਨੂੰ ਬਚਾਓ। ਉਧਰ ਦੀ ਮਾਰ, ਉਧਰ ਦੀ ਮਾਰ ਸਾਰੇ ਪਾਸੇ ਰੱਖਣ ਵਾਲੇ ਮੁਨਾਫਿਕੀਨ, ਹਰ ਘੜੇ ਦਾ ਟੱਕਰ ਨਾ ਬਣਿਆ ਜੇ, ਇਹ ਬੰਦਾ ਤਬਾਹ ਹੋ ਜਾਂਦਾ ਜੇ। ਮੁਨਾਫਕ ਬੰਦੇ ਦੀ ਇੱਜ਼ਤ ਨਹੀਂ ਜੇ ਰਹਿੰਦੀ, ਖੁੱਲ ਡੁੱਲ ਕੇ ਇੱਕ ਪਾਸੇ ਹੋ ਜਾਵੋ ਔਰ ਹੱਕ ਦੇ ਨਾਲ ਹੋ ਜਾਵੋ। ਇੱਜ਼ਤ ਨਾ ਵਧੇ ਤੇ ਫਕੀਰ ਦਾ ਗਿਰੇਬਾਨ ਤੇ ਤੁਹਾਡਾ ਹੱਥ ਹੋਣਾ। ਅੱਲਾ ਤੁਹਾਨੂੰ ਔਰ ਮੈਨੂੰ ਸਲਾਮਤੀ ਦੇਵੇ, ਹੱਕ ਦਾ ਸਾਥ ਦੇਣ ਦੀ ਤੌਫੀਕ ਅਤਾ ਫਰਮਾਏ ਔਰ ਇਸਲਾਮ ਵਾਸਤੇ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਦੀ ਤੌਫੀਕ ਅਤਾ ਫਰਮਾਏ। ਮਜ਼ਬੂਤ ਰਹੇ ਨਾ ਉਦੋਂ ਆਸ਼ਿਕ ਡੋਲੇ ਨੇ ਨਾ ਅੱਜ ਆਸ਼ਿਕ ਡੋਲੇ ਨੇ।